अकाल चैनल नू सब्सक्राइब करो, नवी वीडियोस दी नोटिफिकेशन दे ले बेल आइकन नू क्लिक करना ना भूलना। ਸਤਿ ਸ਼੍ਰੀ ਅਕਾਲ ਸਲਾਮ ਅਰਜ ਸਾਰੇ ਦੇਸ਼ ਵਿਦੇਸ਼ ਦੇ ਦਾਨਿਸ਼ਵਾਨ ਦਰਸ਼ਕਾਂ ਨੂੰ ਜੋ ਇਸ ਵਕਤ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਨਾਲ ਜੁੜੇ ਨੇ। ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪ ਜੀ ਦੇ ਸਾਹਮਣੇ ਨੇ ਦੋ ਮੁੱਖ ਸ਼ਖਸੀਅਤਾਂ, ਸਾਹ ਅਤਿੰਦਰਪਾਲ ਸਿੰਘ ਖਾਲਸਾ, ਸਾਬਕਾ ਮੈਂਬਰ ਪਾਰਲੀਮੈਂਟ ਨੇ, ਸਾਹ ਅਤਿੰਦਰਪਾਲ ਸਿੰਘ ਖਾਲਿਸਤਾਨੀ ਦੇ ਨਾਂ ਨਾਲ ਵੀ ਜ਼ਿਆਦਾ ਚਰਚਿਤ ਨੇ, ਖਾਸ ਕਰਕੇ ਅੱਜ ਕੱਲ੍ਹ ਬੌਧਿਕ ਵਿਹਾਰ ਦੇ ਪੱਖੋਂ ਕਾਫੀ ਕਿਤਾਬਾਂ ਇਹਨਾਂ ਦੀਆਂ ਪੁਰਾਤਨ ਸਿੱਖ ਫਲਸਫੇ ਇਤਿਹਾਸ ਦੇ ਨਾਲ ਸਿੱਖ ਰਾਜਨੀਤੀ ਦੇ ਮੁਤਲਕ ਆ ਰਹੀਆਂ ਨੇ। ਖਾਲਸਾ ਜੀ ਗੁਰਫਤਿਹ, ਸਵਾਗਤ, ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਆਪਣੇ ਦੂਸਰੇ ਮੌਜੂਦ ਮਹਿਮਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸਾਹਿਬ ਸੁਰਿੰਦਰ ਸਿੰਘ, ਸਵਾਗਤ ਹੈ ਜੀ, ਸਤਿ ਸ਼੍ਰੀ ਅਕਾਲ ਤੁਹਾਡਾ ਵੀ। ਅਤੇ ਗੱਲਬਾਤ ਜਿਹੜੀਆਂ ਨੇ 2019 ਦੀ ਲੋਕ ਸਭਾ ਚੋਣ, ਪੰਜਾਬ ਦੀ ਸਿਆਸਤ ਵਿਰਾਸਤ ਦੀ ਗੱਲ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ। ਸ਼ੁਰੂਆਤ ਕਰਦੇ ਹਾਂ, ਸਿਆਸਤ ਪੰਜਾਬ ਤੋਂ ਮੁੜ ਕੇ ਦਿੱਲੀ ਵੀ ਚੱਲਾਂਗੇ ਅਤੇ ਕੁਛ ਜਿਹੜੀਆਂ ਕਾਲੀਆਂ ਸੂਚੀ ਖਤਮ ਕੀਤੀ ਗਈ ਹੈ ਮੋਦੀ ਸਰਕਾਰ ਵੱਲੋਂ, ਉਸ ਦਾ ਪਿਛੋਕੜ ਅਤੇ ਉਸ ਦਾ ਅੱਗਾ ਕੀ ਹੈ, ਉਸ ਦੀ ਵੀ ਪੜਚੋਲ ਇਸ ਪ੍ਰੋਗਰਾਮ ਦੇ ਵਿੱਚ ਕਰਾਂਗੇ, ਕਿਉਂਕਿ ਉਸ ਦੇ ਵਿੱਚੋਂ ਵੀ ਕਈ ਅਹਿਮ ਗੱਲਾਂ ਨਿਕਲਣ ਵਾਲੀਆਂ ਨੇ। ਸਾਹ ਅਤਿੰਦਰਪਾਲ ਸਿੰਘ ਜੀ, ਇਸ ਇਲੈਕਸ਼ਨ ਨੂੰ ਤੁਸੀਂ ਪੰਜਾਬ ਅਤੇ ਭਾਰਤ ਦੀ ਇਲੈਕਸ਼ਨ ਨੂੰ ਕਿਸ ਨਜ਼ਰੀਏ 'ਚ ਵੇਖ ਰਹੇ ਹੋ, ਕੀ ਲੱਗਦਾ ਹੈ ਜੇ ਪੰਜਾਬ ਦੇ ਸੰਦਰਭ ਦੇ ਵਿੱਚ ਗੱਲ ਕਰੀਏ, ਵੱਖ ਵੱਖ ਹਲਕਿਆਂ ਤੋਂ ਕੀ ਸਥਿਤੀ ਹੈ ਤੁਹਾਡੇ ਮੁਤਾਬਕ, ਕਿਹੜੀ ਪਾਰਟੀ ਦਾ ਉਤਰਾਅ ਚੜ੍ਹਾਅ ਨਜ਼ਰ ਆਉਂਦਾ ਹੈ ਜੀ? ਦੇਖੋ ਜੀ, ਜੇ ਤਾਂ ਤੁਸੀਂ ਪੰਜਾਬ ਦੇ ਸੰਦਰਭ ਵਿੱਚ ਗੱਲ ਕਰੋ ਤਾਂ ਪੰਜਾਬ ਦਾ ਸੰਦਰਭ ਭਾਰਤ ਦੇ ਸੰਦਰਭ ਨਾਲ ਨਹੀਂ ਜੁੜਦਾ, ਅਤੇ ਭਾਰਤ ਦੇ ਸੰਦਰਭ ਨਾਲ ਜੇ ਤੁਸੀਂ ਗੱਲ ਕਰੋ ਤਾਂ ਉੱਥੇ ਐਤਕੀ ਮਿਲੀ ਜੁਲੀ ਸਰਕਾਰ ਹੈ। ਪੰਜਾਬ ਵਿੱਚ ਜਿਵੇਂ ਮੈਂ ਤੁਹਾਡੇ ਪਿਛਲੇ ਸ਼ੋਅ ਵਿੱਚ ਵੀ, ਜੇ ਦਰਸ਼ਕਾਂ ਨੂੰ ਯਾਦ ਹੋਏ, ਤੁਹਾਨੂੰ ਵੀ ਯਾਦ ਹੋਏ, ਪਿਛਲੇ ਸ਼ੋਅ ਵਿੱਚ ਵੀ ਮੈਂ ਤੁਸੀਂ ਇਸ ਪ੍ਰਸ਼ਨ ਨੂੰ ਛੋਇਆ ਸੀ, ਅਤੇ ਮੈਂ ਉਦੋਂ ਵਾਲੇ ਕੋਈ ਅਨਾਊਂਸਮੈਂਟ ਨਹੀਂ ਸੀ ਹੋਈ ਇਲੈਕਸ਼ਨਾਂ ਦੀ, ਉਂਝ ਹੀ ਆਪਾਂ 2019 ਦੀ ਗੱਲ ਕੀਤੀ ਸੀ। ਮੈਂ ਉਸ ਵੇਲੇ ਵੀ ਕਿਹਾ ਸੀ ਕਿ ਮੈਨੂੰ ਪੰਜਾਬ ਦਾ ਮਾਹੌਲ ਇਉਂ ਦਾ ਲੱਗਦਾ ਕਿ ਬਰਗਾੜੀ ਮੋਰਚੇ ਵਾਲੇ ਅਤੇ ਬਾਕੀ ਸਾਰੇ ਰਲ ਮਿਲ ਕੇ ਫਿਰ ਤੋਂ ਮਰ ਚੁੱਕੇ ਬਾਦਲਾਂ ਨੂੰ ਜਿਉਂਦਾ ਕਰਨ ਉੱਤੇ ਤੁਲੇ ਹੋਏ ਨੇ, ਅਤੇ ਮੈਂ ਪੰਜਾਬ ਦੀਆਂ ਚੋਣਾਂ ਨੂੰ ਇਸੇ ਸੰਦਰਭ ਵਿੱਚ ਦੇਖਦਾ ਹਾਂ ਜੀ, ਕਿ ਮੁੜ ਤੋਂ ਮਰ ਚੁੱਕੇ ਬਾਦਲ, ਸਿਆਸੀ ਤੌਰ 'ਤੇ ਮਰ ਚੁੱਕੇ ਬਾਦਲ ਜੀ ਜੀ, ਫਿਰ ਤੋਂ ਕਿਵੇਂ ਆਕਸੀਜਨ ਲੈ ਕੇ ਸਿੱਖ ਆਪ ਆਪਣੇ ਹੱਥੀ ਸੋ ਕਾਲਡ ਆਪਣੀਆਂ ਪੰਥਕ ਜਥੇਬੰਦੀਆਂ ਰਾਹੀਂ ਜੀਵਤ ਕਰਦੇ ਨੇ, ਮੈਂ ਇਸ ਸੰਦਰਭ ਵਿੱਚ ਪੰਜਾਬ ਦੀ ਇਲੈਕਸ਼ਨ ਨੂੰ ਉਹ ਤਾਂ ਵਿਰੋਧ ਕਰ ਰਹੇ ਨੇ, ਤਾਂ ਕਿਵੇਂ ਉਹਦੇ ਨਾਲ ਸਰਵਾਈਵ ਕਿਵੇਂ ਹੋ ਰਿਹਾ? ਉਹ ਤਾਂ ਦੇਖੋ ਜੀ, 2007 ਦੀਆਂ ਇਲੈਕਸ਼ਨਾਂ 'ਚ ਵੀ ਵਿਰੋਧ ਕੀਤਾ ਸੀ ਜਦੋਂ ਮੈਂ ਪ੍ਰਕਾਸ਼ ਸਿੰਘ ਬਾਦਲ ਦੇ ਖਿਲਾਫ ਲੰਬੀ ਹਲਕੇ ਤੋਂ ਖਾਲਿਸਤਾਨ ਲਈ ਵੋਟ ਮੰਗੀ ਸੀ। ਪਹਿਲਾ ਵਿਅਕਤੀ ਆ ਜਿਹਨੇ ਬੁਲਟ ਤੋਂ ਬੈਲਟ ਤੱਕ ਖਾਲਿਸਤਾਨ ਨੂੰ ਲਿਆਇਆ, ਉਦੋਂ ਸਾਰੇ ਖਾਲਿਸਤਾਨੀਆਂ ਨੇ ਮੇਰਾ ਵਿਰੋਧ ਕੀਤਾ ਸੀ ਅਤੇ ਬਾਦਲ ਦਾ ਸਮਰਥਨ ਕੀਤਾ ਸੀ ਉਸ ਵੇਲੇ ਵੀ, ਚਾਹੇ ਉਹ ਮੈਂ ਆਨਲਾਈਨ ਕਹਿਣ ਵਿੱਚ ਮੈਂ ਝਿਜਕਦਾ ਨਹੀਂ ਹੁੰਦਾ, ਕਿਉਂਕਿ ਡਾਕਟਰ ਭਗਵਾਨ ਸਿੰਘ ਮੇਰੇ ਕੋਲ ਉਹਨਾਂ ਵੱਲੋਂ ਆਇਆ ਸੀ ਕਿ ਜਿੰਨਾ ਖਰਚਾ ਚਾਹੀਦਾ ਜੀ ਲੈ ਲਓ ਅਤੇ ਬਹਿ ਜਾਓ। ਖੁੱਡੀਆਂ ਦਾ ਪੁੱਤਰ ਜਗਦੇਵ ਸਿੰਘ ਖੁੱਡੀਆਂ ਦਾ ਪੁੱਤਰ ਉਹ ਆਇਆ ਸੀ ਜੀ, ਹੋਰ ਕਈ ਆਏ, ਠੀਕ ਆ ਨਾ ਜੀ, ਹੋਰ ਕੋਈ ਵੀ ਪੰਥਕ ਲੀਡਰ ਨਹੀਂ ਸੀ ਜਿਹੜਾ ਲੰਬੀ ਹਲਕੇ 'ਚ ਸਭਾ ਕਰਕੇ ਗਿਆ ਹੋਏ ਔਰ ਇਹ ਕਹਿ ਕੇ ਨਾ ਗਿਆ ਹੋਏ ਕਿ ਅਤਿੰਦਰਪਾਲ ਸਿੰਘ ਗੱਦਾਰ ਹੈ, ਖਾਲਿਸਤਾਨ ਲਈ ਵੋਟ ਮੰਗਣ ਵਾਲਾ ਗੱਦਾਰ ਹੈ, ਅਤੇ ਤੁਸੀਂ ਚਾਹੇ ਬਾਦਲ ਨੂੰ ਵੋਟ ਪਾ ਦਿਉ ਚਾਹੇ ਕਾਂਗਰਸ ਨੂੰ ਪਾ ਦਿਉ, ਤਾਂ ਉਹਨਾਂ ਦੀ ਵਰਡਿੰਗ ਹੁੰਦੀ ਸੀ, ਤੇ ਹੈ ਤਾਂ ਸਾਰੇ ਪੰਥਕ ਜੀ ਉਹ ਤਾਂ ਰਾਜਵਾਣਾ ਵੀ ਕਹਿ ਰਹੇ ਨੇ, ਮੈਂ ਤਾਂ ਤੁਹਾਨੂੰ ਨਹੀਂ, ਕੋਈ ਤਾਂ ਐਲਾਨੀਆਂ ਕਹਿ ਰਹੇ ਨੇ, ਕੋਈ ਅੰਦਰ ਖਾਤੇ ਕਹਿ ਰਹੇ ਨੇ, ਕੋਈ ਨੀਤੀਆਂ ਇੰਜ ਦੀਆਂ ਲੈ ਕੇ ਤੁਰ ਰਹੇ ਨੇ, ਉਹ ਆਪੋ ਆਪਣੀਆਂ ਰੋਟੀਆਂ ਵੀ ਸੇਕ ਰਹੇ ਨੇ ਸਿੱਖ ਕੌਮ ਤੋਂ। ਸਿਆਸਤ ਸਾਡੀ ਸਿਰਫ ਸਵਾਰਥਾਂ ਦੀ ਸਿੱਧੀ ਲਈ ਹੈ, ਪੰਜਾਬ ਵਿੱਚ ਸਿਆਸੀ ਤੌਰ 'ਤੇ ਸਿੱਖ ਮਨਫੀ ਆ, ਮਤਲਬ ਹੋਰ ਧਿਰ ਬਰਾਬਰ ਪੈਦਾ ਨਹੀਂ ਹੋਣ ਦਿੱਤੀ ਜਾ ਰਹੀ, ਤੁਹਾਡਾ ਇਹ ਮੰਨਣਾ? ਨਹੀਂ, ਇਹ ਮੰਨਣਾ ਨਹੀਂ ਹੈ ਜੀ ਮੇਰਾ, ਮੇਰਾ ਮੰਨਣਾ ਹੈਗਾ ਕਿ ਪੰਜਾਬ ਦੇ ਵੋਟਰਾਂ ਵਿੱਚ ਔਰ ਪੰਜਾਬ ਦੀ ਲੋਕਾਈ 'ਚ ਚਾਹੇ ਅਸੀਂ ਸਿਆਸੀ ਪੱਧਰ 'ਤੇ ਬੜੇ ਐਕਟਿਵ ਹੋ ਜਾਂਦੇ ਹਾਂ, ਕਰੋੜਾਂ ਰੁਪਈਏ ਖਰਚਦੇ ਹਾਂ, ਮਾਰ ਕੁੱਟ ਵੀ ਕਰਦੇ ਹਾਂ, ਲੜਾਈਆਂ ਵੀ ਲੈਂਦੇ ਹਾਂ, ਪਰ ਜਿਹੜੀ ਸਿਆਸੀ ਚੇਤਨਾ ਹੈ ਨਾ, ਕੌਮੀ ਸਿਆਸੀ ਚੇਤਨਾ ਅਤੇ ਇੱਕ ਲੋਕ ਭਲਾਈ ਦੀ ਸਿਆਸੀ ਚੇਤਨਾ ਸਾਰੇ ਪੰਜਾਬ ਦੇ ਪੱਧਰ 'ਤੇ, ਉਹ ਸਾਡੇ ਪੰਜਾਬ ਦੇ ਵੋਟਰਾਂ ਵਿੱਚੋਂ ਮਨਫੀ ਕਰ ਦਿੱਤੀ ਗਈ ਹੈ।
ਤੇ ਇਸ ਲਈ ਇੱਥੇ ਕੋਈ ਇਹ ਲੜਾਈ ਨਹੀਂ ਹੈਗੀ ਇੱਕ ਨੰਬਰ 'ਤੇ ਕੌਣ ਆਏਗਾ ਦੂਜੇ ਨੰਬਰ 'ਤੇ ਕੌਣ ਆਏਗਾ। ਇੱਥੇ ਲੜਾਈ ਸਿਰਫ ਇਹ ਹੈਗੀ ਹੈ ਕਿ ਜਿਹੜਾ ਵੀ ਆਏਗਾ ਉਹ ਨਿੱਜੀ ਸਵਾਰਥਾਂ ਨੂੰ ਨਸ਼ਿਆਂ ਨੂੰ ਸਿੱਖੀ ਨੂੰ ਢਾਹ ਲਾਉਣ ਵਾਲਾ ਲੋਕਾਈ ਨੂੰ ਲਤਾੜਨ ਵਾਲਾ ਅਤੇ ਪੰਜਾਬ ਦੇ ਅੰਗੇਸਟ ਕੰਮ ਕਰਨ ਵਾਲਾ ਹੀ ਆਏਗਾ ਅਤੇ ਅਸੀਂ ਉਸੇ ਨੂੰ ਹੀ ਵੋਟ ਪਾਵਾਂਗੇ। ਮੇਰਾ ਬਿਲਕੁਲ ਸਪਸ਼ਟ ਜਿਹਾ ਹੈਗਾ। ਦੂਸਰਾ ਨਜ਼ਰੀਆ ਮੇਰਾ ਹੈਗਾ ਕਿ ਜਿੰਨੇ ਸੋ ਕਾਲ ਪੰਥਕ ਤੁਰੇ ਫਿਰਦੇ ਨੇ ਇਹ ਸਾਰੇ ਦੇ ਸਾਰੇ ਅਲਟੀਮੇਟਲੀ ਬਾਦਲਾਂ ਨੂੰ ਫਿਰ ਆਕਸੀਜਨ ਦਿੰਦੇ ਨੇ। 84 ਤੋਂ ਬਾਅਦ ਵੀ ਉਹਨਾਂ ਨੇ ਦਿੱਤੀ, 96 ਤੋਂ ਬਾਅਦ ਵੀ ਉਹਨਾਂ ਨੇ ਦਿੱਤੀ, 2007 ਵਿੱਚ ਵੀ ਉਹਨਾਂ ਨੇ ਦਿੱਤੀ, ਹੁਣ ਫਿਰ ਉਹ ਦੇਣਗੇ। ਮੈਂ ਇਸ ਨਜ਼ਰੀਏ ਤੋਂ ਦੇਖਣਾ ਜੀ ਇਹ ਤੁਹਾਡੇ ਸਾਹਮਣੇ ਆ ਜਾਏਗਾ ਥੋੜੇ ਦਿਨਾਂ ਬਾਅਦ। ਇਸ ਲਹਿਰ ਦੇ ਨਾਲ ਕਾਫੀ ਕੁਛ ਜਿਹੜਾ ਲਾਗਾ ਕਾਫੀ ਕੁਛ ਨੁਕਸਾਨ ਵੀ ਝੱਲਿਆ ਸੁਰਿੰਦਰਪਾਲ ਸਿੰਘ ਹੋਰਾਂ ਨੇ ਸਟੂਡੈਂਟ ਲਾਈਫ ਦੇ ਵਿੱਚ। ਸੁਰਿੰਦਰਪਾਲ ਸਿੰਘ ਜੀ, ਇਸ ਸੰਦਰਭ ਦੇ ਵਿੱਚ ਤੁਸੀਂ ਪੰਜਾਬ ਦੀ ਸਥਿਤੀ ਅਤੇ ਸਿੱਖ ਸੰਦਰਭ ਨੂੰ ਕਿਸ ਤਰ੍ਹਾਂ ਵੇਖਦੇ ਹੋ? ਹਾਂ ਟਵਾਣਾ ਜੀ, ਸਭ ਤੋਂ ਵੱਡੀ ਗੱਲ ਤੇ ਆ ਜਿੱਥੋਂ ਤੱਕ ਬਰਗਾੜੀ ਦੀ ਗੱਲ ਚੱਲੀ ਆ, ਜਦੋਂ ਸਰਬੱਤ ਖਾਲਸਾ ਹੋਇਆ ਮੈਂ ਉਸ ਦਿਨ ਵੀ ਵਿਰੋਧ ਕੀਤਾ ਸੀ ਕਿ ਚੱਬੇ ਦੀ ਧਰਤੀ 'ਤੇ ਨਾ ਕਰੋ, ਸਿੱਖ ਇੰਸਟੀਟਿਊਸ਼ਨ ਜਿਹੜੇ ਉਹਨਾਂ ਨੂੰ ਬਰਬਾਦ ਨਾ ਕਰੋ, ਜੇ ਕਰਨਾ ਤਾਂ ਅਕਾਲ ਤਖਤ ਸਾਹਿਬ 'ਤੇ ਕਰੋ ਜਿਹੜੀ ਮਰਿਆਦਾ ਹੈ, ਜੇ ਅਕਾਲ ਤਖਤ ਸਾਹਿਬ 'ਤੇ ਨਹੀਂ ਹੋ ਸਕਦਾ ਤਾਂ ਛੱਡ ਦਿਓ। ਤੁਸੀਂ ਸਰਬੱਤ ਖਾਲਸਾ ਕਰ ਲਿਆ, ਸਰਬੱਤ ਖਾਲਸਾ 'ਚ 3 ਜਥੇਦਾਰ ਥਾਪੇ ਗਏ, ਇੱਕ ਜਥੇਦਾਰ ਜਿਹੜਾ ਉਹ ਜੇਲ੍ਹ 'ਚ ਬੈਠਾ ਉਹਦੀ ਜਗ੍ਹਾ ਐਕਟਿੰਗ ਲਾਤਾ, ਅਤੇ ਬਾਕੀ 2 ਜਥੇਦਾਰ ਕਿੱਥੇ ਨੇ? ਜਿਹੜੀ ਪੰਚ ਪ੍ਰਧਾਨੀ ਦੀ ਪ੍ਰਥਾ ਸੀ ਉਹ ਕਿੱਥੇ ਗਈ? ਉਹ ਤਾਂ ਤੁਸੀਂ ਖੁਦ ਉਸੇ ਦਿਨ ਹੀ ਖਤਮ ਕਰ ਦਿੱਤੀ। ਉਸ ਤੋਂ ਬਾਅਦ ਆ ਰਹੀ ਗੱਲ ਆ ਕੇ ਬਰਗਾੜੀ ਮੋਰਚਾ ਲਾਉਣ ਦੀ, ਮੋਰਚੇ 'ਚ ਕੇਵਲ 2 ਜਥੇਦਾਰ ਬੈਠੇ ਸੀ, ਇੱਕ ਐਕਟਿੰਗ ਜਥੇਦਾਰ ਅਤੇ ਇੱਕ ਆਪਣਾ ਤਲਵੰਡੀ ਸਾਬੋ ਦਮਦਮਾ ਸਾਹਿਬ ਦਾ ਜਥੇਦਾਰ, 2 ਜਥੇਦਾਰ ਬੈਠੇ, ਇੱਕ ਜਥੇਦਾਰ ਜਿਹੜਾ ਉਹ ਪਹਿਲਾਂ ਛੱਡ ਕੇ ਜਾ ਚੁੱਕਿਆ ਸੀ, ਲੇਕਿਨ ਜਦੋਂ ਉਹਨੇ ਦੇਖਿਆ ਕਿ ਮੋਰਚਾ ਲੱਗੇ ਨੂੰ ਕੁਛ ਸਮਾਂ ਹੋ ਗਿਆ ਅਤੇ ਉਹ ਵੀ ਆ ਕੇ ਉਹਦੇ 'ਚ ਐਂਟਰ ਹੋ ਗਿਆ। ਕਰਦੇ ਕਰਾਉਂਦੇ ਹਾਲਾਤ ਐਸੀ ਬਣੀ, ਜਿਸ ਤਰੀਕੇ ਨਾਲ ਉਹ ਮੋਰਚੇ ਦੀ ਸਮਾਪਤੀ ਕੀਤੀ ਗਈ, ਸਿੱਖਾਂ 'ਚ ਰੋਸ ਵਧਿਆ ਅਤੇ ਇੰਨਾ, ਮਤਲਬ ਇਹ ਕਹਿਦਿਆਂ ਮੈਂ ਕਿ ਜਿਹੜੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਸੀ ਉਸ ਤੋਂ ਵੀ ਕਿਤੇ ਵੱਧ ਬੇਅਦਬੀ ਇਹਨਾਂ ਨੇ ਉੱਥੇ ਕਰ ਦਿੱਤੀ ਜਿਸ ਤਰੀਕੇ ਨਾਲ ਉਹਦੀ ਸਮਾਪਤੀ ਕੀਤੀ ਗਈ। ਉਸ ਤੋਂ ਬਾਅਦ ਟਵਾਣਾ ਸਾਹਿਬ ਇਹਨਾਂ ਨੇ ਜਿਸ ਹਿਸਾਬ ਨਾਲ ਕੈਂਡੀਡੇਟ ਅਨਾਊਂਸ ਕੀਤੇ, ਬਰਗਾੜੀ ਮੋਰਚੇ ਵਾਲਿਆਂ ਨੇ ਫਰੀਦਕੋਟ ਤੋਂ ਕੈਂਡੀਡੇਟ ਅਨਾਊਂਸ ਕੀਤਾ, ਉਹ ਅੱਜ ਤੱਕ ਲੱਭਿਆ ਨਹੀਂ। ਇਹਨਾਂ ਗੁਰਦਾਸਪੁਰ ਤੋਂ ਕੀਤਾ, ਉਹ ਲੱਭਿਆ ਨਹੀਂ। ਇਹਨਾਂ ਨੇ ਜਿਹੜਾ ਆਪਣਾ ਨਾਂ ਕੀ ਸੀਗਾ ਅਨੰਦਪੁਰ ਸਾਹਿਬ ਤੋਂ ਕੈਂਡੀਡੇਟ ਅਨਾਊਂਸ ਕੀਤਾ ਸੀ, ਉਹ ਕੈਂਡੀਡੇਟ BSP ਦੇ ਕੈਂਡੀਡੇਟ ਦੇ ਤੌਰ 'ਤੇ PDA ਦਾ ਹਿੱਸਾ ਬਣ ਗਿਆ, ਉਹੀ ਕੈਂਡੀਡੇਟ ਜੀ। ਇਹਨਾਂ ਨੂੰ ਮੂੰਹ ਦਿਖਾਉਣੀ ਪਈ। ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਫਰੀਦਕੋਟ ਆਪਣਾ ਬਠਿੰਡਾ ਔਰ ਖਡੂਰ ਸਾਹਿਬ 2 ਕੈਂਡੀਡੇਟ ਸੀ, ਭਾਈ ਗੁਰਦੀਪ ਸਿੰਘ ਅਤੇ ਭਾਈ ਮੋਕਮ ਸਿੰਘ, 2 ਮੈਦਾਨ ਛੱਡ ਕੇ ਭੱਜ ਗਏ। ਇਹਨਾਂ ਕੋਲ ਸਿਰਫ ਇੱਕ ਕੈਂਡੀਡੇਟ ਬਚਿਆ, ਉਹ ਵੀ ਸਿਮਰਨਜੀਤ ਸਿੰਘ ਮਾਨ ਸੰਗਰੂਰ ਤੋਂ। ਇਹ ਇਹਨਾਂ ਦੀ ਹਾਲਾਤ ਬਣੀ, ਵੱਖਰਾ ਹੀ ਗੱਲ ਹੈ, ਉਹ ਤਾਂ ਸਦਾਬਹਾਰ ਰਹਿਣਾ ਹੀ ਸੀ। ਹਾਂ ਚਲੋ ਰਹਿਣਾ ਸੀ। ਇਹ 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 ਰਹਿ ਗਈ ਬਰਗਾੜੀ ਮੋਰਚੇ ਦੀਆਂ ਪ੍ਰਾਪਤੀਆਂ, ਠੀਕ ਹੈ, ਕਿਸ ਤਰੀਕੇ ਦੇ ਨਾਲ ਤੁਸੀਂ ਫਲੋਪ ਕੀਤਾ, ਉਹਨੂੰ ਕੀ ਹਾਸਿਲ ਹੋਇਆ, ਉਹ ਸਾਰਾ ਕੁਛ ਆ। ਔਰ ਕੀ ਹੋਇਆ ਕਿ ਜਿਹੜਾ ਉਸ ਸਮੇਂ ਦੀ 2015 ਤੋਂ 2017 ਤੱਕ ਦੀ ਰੂਲਿੰਗ ਪਾਰਟੀ ਦੇ ਅੰਗੇਸਟ ਜਿਹੜਾ ਸਿੱਖਾਂ 'ਚ ਰੋਸ ਸੀ, ਉਹ ਇਸ ਮੋਰਚੇ ਦੀ ਜਿਹੜੀ ਅਣਕਿਆਸੇ ਤਰੀਕੇ ਦੇ ਨਾਲ ਸਮਾਪਤੀ ਕੀਤੀ ਗਈ ਆ, ਉਹ ਜਿਹੜਾ ਰੋਸ ਉੱਧਰ ਸੀ ਉਹ ਲੋਕਾਂ ਦਾ, ਸਿੱਖਾਂ ਦਾ, ਇਹਨਾਂ 'ਤੇ ਫੁੱਟ ਗਿਆ ਅਤੇ ਉਹ ਫਿਰ ਬਰੀ ਹੋ ਕੇ ਨਿਕਲ ਗਏ। ਜਿਹੜਾ ਸਰਦਾਰ ਰਤਿੰਦਰਪਾਲ ਸਿੰਘ ਕਹਿ ਰਹੇ ਨੇ ਕਿ ਤੁਸੀਂ ਉਹਨਾਂ ਨੂੰ ਜਿਤਾ ਰਹੇ ਹੋ, ਜਿੱਤਣ ਦਾ ਕਾਰਨ ਵੀ ਇਹੀ ਆ ਕਿ ਜਦੋਂ ਤੁਸੀਂ ਉਹਨਾਂ ਤੋਂ ਵੀ ਵੱਡੀ ਬੇਅਦਬੀ ਕਰ ਦਿੱਤੀ ਤਾਂ ਲੋਕ ਦੇਖਦੇ ਨੇ। ਪਹਿਲਾਂ ਕਾਂਗਰਸ ਨੂੰ ਦੇਖਦੇ ਸੀ ਵੀ 1984 ਜਿਹੜਾ ਸੀ ਉਹ ਕਾਂਗਰਸ ਦੇ ਮੱਥੇ 'ਤੇ ਕੁਲੰਕ ਸੀ ਅਤੇ ਲੋਕ ਸਿੱਖ ਉਹਨਾਂ ਨੂੰ ਨਫ਼ਰਤ ਨਾਲ ਦੇਖਦੇ ਸੀ। ਉਸ ਦੇ ਬਾਅਦ ਇਹ ਕੁਛ ਹੋਇਆ ਤਾਂ ਸਿੱਖਾਂ ਨੇ ਅਕਾਲੀ ਦਲ ਨੂੰ ਨਫ਼ਰਤ ਨਾਲ ਦੇਖਣਾ ਸ਼ੁਰੂ ਕਰਤਾ, ਜਦੋਂ ਉਹਦੇ ਉੱਪਰ ਇੱਕ ਹੋਰ ਬੇਅਦਬੀ ਜਿਹੜੀ ਇਹਨਾਂ ਨੇ ਮੋਰਚਾ ਲਾ ਕੇ ਕੀਤੀ ਹੈ ਅਤੇ ਸਿੱਖਾਂ ਨੇ ਇਹਨਾਂ ਨੂੰ ਜਿਹੜਾ ਉਸ ਲਹਿਜੇ 'ਚ ਦੇਖਣਾ ਸ਼ੁਰੂ ਕਰ ਦਿੱਤਾ ਅਤੇ ਬਾਕੀ ਜਿਹੜੇ ਉਹ ਪਾਕ ਸਾਫ਼ ਹੋ ਕੇ ਉੱਥੋਂ ਨਿਕਲ ਗਏ। ਉਹ ਮਜਬੂਰਨ ਜਿਹੜੇ ਲੋਕ ਸੀ ਜਦੋਂ ਇਹ ਪੰਥਕ ਧਿਰ ਆਪਸ ਪਾਟੋ ਧਾੜ ਹੋ ਗਈਆਂ ਅਤੇ ਮਜਬੂਰ ਨੂੰ ਫਿਰ ਅਕਾਲੀ ਦਲ ਦੇ ਗੱਲ ਲੱਗ ਰਿਹਾ। ਮੈਂ ਟਵਾਣਾ ਸਾਹਿਬ ਉੱਥੇ ਆ ਰਿਹਾ, ਹੁਣ ਰਹੀ ਗੱਲ ਸਨੈਰੀਓ ਦੀ, ਸਨੈਰੀਓ ਕਿੱਥੇ ਜਾਵੇ? ਆਮ ਆਦਮੀ ਪਾਰਟੀ ਦਾ ਸਿਰਫ ਇੱਕ ਕੈਂਡੀਡੇਟ ਆ ਭਗਵੰਤ ਮਾਨ ਜਿਹੜਾ ਫਾਈਟ ਦੇ ਰਿਹਾ, ਉਹ ਸੀਟ ਕੱਢ ਵੀ ਸਕਦਾ, ਦੂਜੇ ਤੀਜੇ ਨੰਬਰ 'ਤੇ ਵੀ ਆ ਸਕਦਾ, ਉਹ ਇਸ ਪੋਜੀਸ਼ਨ 'ਚ ਬੈਠਾ ਇਕੱਲਾ ਆਪਦੀ ਲੜਾਈ ਲੜ ਰਿਹਾ। ਉਹਨਾਂ ਦੇ 12 ਕੈਂਡੀਡੇਟ ਜਿਹੜੇ ਉਹ ਪੂਰੀ ਸਟੇਟ 'ਚ ਕਿਤੇ ਦਿਖਾਈ ਨਹੀਂ ਦੇ ਰਹੇ, ਰੋਜ਼ ਇੱਕ ਅੱਧਾ ਛੱਡ ਜਾਂਦਾ ਪਾਰਟੀ। ਹਾਂਜੀ, ਉਸ ਤੋਂ ਬਾਅਦ ਰਹਿ ਗਿਆ PDA। PDA ਦੇ ਵਿੱਚ ਸਿਰਫ ਕੇਵਲ ਅਤੇ ਕੇਵਲ PDA ਨੂੰ ਤਿਆਰ ਕਰਨ ਵਾਲਾ ਖੁਦ ਬਠਿੰਡੇ ਆਪ ਲਟਕਿਆ ਪਿਆ,
ਉਹਨਾਂ ਦਾ ਪਟਿਆਲੇ ਦੇ ਵਿੱਚ ਜਿਹੜਾ ਨਵਾਂ ਪੰਜਾਬ ਪਾਰਟੀ ਨੇ ਇੱਕੋ ਹੀ ਟਿਕਟ ਲਈ ਸੀਗੀ ਉਹ ਪਟਿਆਲੇ ਤੋਂ ਆ, ਉਹ ਪੂਰੀ ਫਾਈਟ 'ਚ ਬੈਠੇ ਆ। ਉਹਨਾਂ ਦਾ ਲੁਧਿਆਣੇ ਦੇ ਵਿੱਚ ਲੋਕ ਇਨਸਾਫ ਪਾਰਟੀ ਪੂਰੀ ਫਾਈਟ 'ਚ ਬੈਠੀ ਆ, ਅਤੇ ਜਿੱਥੋਂ ਤੱਕ ਪੰਜਾਬ ਏਕਤਾ ਪਾਰਟੀ ਦਾ ਸਵਾਲ ਆ, ਉਹਨਾਂ ਦਾ ਇੱਕ ਕੈਂਡੀਡੇਟ ਆ ਜਿਹੜਾ ਖਡੂਰ ਸਾਹਿਬ ਤੋਂ ਇਸ ਲੜਾਈ 'ਚ ਆ। ਇਹ ਤਿੰਨ ਸੀਟਾਂ ਨੇ ਜਿੱਥੇ ਇਹ ਬੈਠੇ ਨੇ, ਅਤੇ ਇੱਕ ਆਮ ਆਦਮੀ ਪਾਰਟੀ, ਕੁੱਲ ਚਾਰ ਜਗ੍ਹਾ ਦੇ ਉੱਤੇ ਟ੍ਰੈਂਗਲ ਫਾਈਟ ਆ। ਬਾਕੀ ਟਵਾਣਾ ਸਾਹਿਬ ਪੂਰੇ ਪੰਜਾਬ ਦੇ ਵਿੱਚ ਜਿਹੜੀ ਸਿੱਧਮ ਸਿੱਧੀ ਲੜਾਈ ਹੈ ਉਹ ਕਾਂਗਰਸ ਅਤੇ ਬੀਜੇਪੀ ਅਤੇ ਅਕਾਲੀ ਦਲ ਅਲਾਇੰਸ ਦੇ ਵਿਚਾਲੇ ਆ, ਨੌ ਸੀਟਾਂ ਦੇ ਉੱਤੇ। ਤਾਂ ਤੀਸਰੀ ਧਿਰ ਜਿਹੜੀ ਉਹ ਦਿਖਾਈ ਨਹੀਂ ਦਿੱਤੀ ਕਿਤੇ ਵੀ। ਤਾਂ ਤੁਸੀਂ ਆਸ ਕੀ ਕਰਦੇ, ਇਹ ਚਾਰ ਜਿਹੜੀਆਂ, ਚਾਰਾਂ ਦੇ ਵਿੱਚੋਂ ਕੋਈ ਆ ਵੀ ਸਕਦੀ, ਹੋ ਸਕਦਾ ਚਾਰਾਂ 'ਚੋਂ ਇੱਕ ਵੀ ਨਾ ਆਵੇ, ਇਹ ਵੀ ਹਾਲਾਤ ਬਣ ਸਕਦੇ। ਹੋ ਸਕਦਾ ਚਾਰਾਂ 'ਚ ਤੁਸੀਂ ਨੰਬਰ ਤਿੰਨ 'ਤੇ ਵੀ ਜਾ ਸਕਦੇ ਹੋ। ਇਹ ਸਨੈਰੀਓ ਜਿਹੜਾ ਬਣਿਆ, ਬਣਨ ਦਾ ਰੀਜ਼ਨ ਕੀ ਸੀ? ਆਪਸੀ ਚੌਧਰ, ਅਤੇ ਚੌਧਰ ਨੇ ਜਿਹੜਾ ਇੱਥੋਂ ਤੱਕ ਪਹੁੰਚਾਇਆ ਉਹਦਾ ਕਰਕੇ ਇੰਨੇ ਧੜੇ ਹੋ ਗਏ, ਇੰਨੀ ਦਲਦਲ ਹੋ ਗਈ। ਉਹ ਦਲਦਲ ਦਾ ਰਿਜ਼ਲਟ ਆ ਕਿ ਬਿਲਕੁਲ ਜਿਨ੍ਹਾਂ 'ਤੇ ਤੁਸੀਂ, ਜਿਨ੍ਹਾਂ ਨੂੰ ਕਹਿੰਦੇ ਸੀ ਕੌਮ ਦੇ ਗਦਾਰ ਆ, ਜਿਨ੍ਹਾਂ ਨੇ ਅਕਾਲ ਤਖ਼ਤ ਸਾਹਿਬ ਢਵਾਇਆ, ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ, ਜਿਨ੍ਹਾਂ 'ਤੇ ਤੁਸੀਂ ਦੋਸ਼ ਲਾਉਂਦੇ ਸੀ, ਸਾਰੇ ਦੇ ਸਾਰਾ ਉਹਨਾਂ ਦੇ ਹੱਕ ਦੇ ਵਿੱਚ ਚਲਾ ਗਿਆ। ਅਤੇ ਤੁਸੀਂ ਖਾਲੀ ਹੱਥ ਬੈਠੇ ਹੋ, ਤੁਹਾਨੂੰ ਕੁਛ ਵੀ, ਤੁਹਾਡਾ ਜਿਹੜਾ ਖੁਦ ਦਾ ਅੱਗਾ ਜਿਹੜਾ ਉਹ ਦਿਖਾਈ ਨਹੀਂ ਦੇ ਰਿਹਾ। ਘਰੋਂ ਗਏ ਸੀ ਮੋਰਚਾ ਲਾਵਣੇ ਨੂੰ, ਆਪੋ ਚਾਬੀਆਂ ਹੱਥ ਫੜਾ ਆਏ। ਸੋ ਤੁਸੀਂ ਕਾਫ਼ੀ ਲਿਖਦੇ ਰਹਿੰਦੇ ਹੋ, ਕਾਫ਼ੀ ਸਾਰੀਆਂ ਕਿਤਾਬਾਂ ਤਿੰਦਰਪਾਲ ਸਿੰਘ ਜੀ ਆ ਗਈਆਂ ਨੇ, ਕਲਮ ਦੀ ਲੜਾਈ ਤੁਸੀਂ ਲੜ ਰਹੇ ਹੋ, ਭਾਵੇਂ ਕੋਈ ਸਿੱਖਾਂ 'ਤੇ ਕਮੈਂਟ ਕਰਦਾ ਉਹਦੇ ਬਾਰੇ ਵੀ ਤੁਸੀਂ ਵੀਡੀਓ ਪਾ ਰਹੇ ਹੋ ਤਰਕ ਨਾਲ, ਸਿੱਖ ਆਇਡੈਂਟੀ ਦੀਆਂ, ਜਿਹਨਾਂ ਨੂੰ ਅੱਛਾ ਰਿਸਪੋਂਸ ਵੀ ਮਿਲਦਾ ਹੈ, ਅਤੇ ਵਨ ਮੈਨ ਲੜਾਈ ਤੁਸੀਂ ਲੜ ਰਹੇ ਹੋ, ਤੁਸੀਂ ਕੀ ਵੇਖਦੇ ਹੋ ਜਿਹੜੀਆਂ ਇੰਨੀਆਂ ਧਿਰਾਂ ਬਣੀਆਂ ਨੇ, ਪੰਥਕ ਧਿਰਾਂ ਨੇ, ਇਹ ਆਪੇ ਤੋਂ ਬਾਹਰ ਹੋ ਜਾਂਦੇ ਨੇ ਜਾਂ ਆਪੋ 'ਚ ਨਹੀਂ ਰਹਿੰਦੇ, ਇਹਨਾਂ ਦੀ ਫੇਲੀਅਰ ਦਾ ਕੀ ਕਾਰਨ ਹੈ? ਇਹ ਤਾਂ ਹੁਣ ਇੱਕ ਇਹ ਦੋਸ਼ ਲਾਇਆ ਜਾ ਸਕਦਾ ਕਿ ਬਾਦਲ ਇਹਨਾਂ ਨੂੰ ਖੇਰੂ ਖੇਰੂ ਕਰਦਾ, ਜਾਂ ਆਪ ਹੀ ਇੰਨੇ ਯੋਗੇ ਹੈ ਨਹੀਂ, ਕੀ ਲੱਗਦਾ? ਦੇਖੋ ਜੀ, ਮੈਨੂੰ ਇਹ ਲੱਗਦਾ ਆਪ ਹੀ ਇੰਨੇ ਯੋਗੇ ਹੈ ਨਹੀਂ। ਆਪਾਂ ਕਿਸੇ ਦੂਜੇ ਦੇ ਸਿਰ 'ਤੇ ਐਵੇਂ ਪੰਡ, ਜਿਵੇਂ ਸਿੱਖਾਂ 'ਚ ਇੱਕ ਆਮ ਗੱਲ ਹੈਗੀ ਹੈ ਕਿ ਹਰ ਮੁੱਦੇ ਨੂੰ ਅਸੀਂ RSS ਦੇ ਸਿਰ 'ਤੇ ਪੰਡ ਚੁਕਾ ਦਿੰਦੇ ਹਾਂ, ਐਵੇਂ ਅਸੀਂ ਸਿਆਸਤ ਦੀ ਪੰਡ ਹਮੇਸ਼ਾ ਦੂਜੇ ਦੇ ਸਿਰ 'ਤੇ ਰੱਖ ਦਿੰਦੇ ਹਾਂ। ਇਹਨਾਂ ਦੇ ਆਪਣੇ ਆਪ ਵਿੱਚ ਹੀ ਨਾ ਇੰਨੀ ਸੂਝ ਹੈ, ਨਾ ਇੰਨੀ ਦ੍ਰਿੜਤਾ, ਨਾ ਇੰਨੀ ਸਿਆਸੀ ਦੂਰਅੰਦੇਸ਼ੀ ਹੈ, ਨਾ ਇਹਨਾਂ ਕੋਲ ਕੋਈ ਪਾਲਸੀ ਹੈ, ਨਾ ਇਹਨਾਂ ਕੋਲ ਕੋਈ ਕੈਡਰ ਹੈ, ਨਾ ਇਹਨਾਂ ਕੋਲ ਕੋਈ ਵਨ ਮੈਨ ਲੀਡਰਸ਼ਿਪ ਤੋਂ ਇਲਾਵਾ ਕੋਈ ਸੈਕਿੰਡ ਲੀਡਰਸ਼ਿਪ ਹੈ। ਜੇ ਇਹ ਛੇ ਚੀਜ਼ਾਂ ਹੀ ਨਹੀਂ ਹੈਗੀਆਂ ਤਾਂ ਤੁਸੀਂ ਸਿਆਸਤ ਵਿੱਚ ਕਿਵੇਂ ਜਿੱਤ ਸਕਦੇ ਹੋ? ਜਿੱਤ ਹੀ ਨਹੀਂ ਸਕਦੇ। ਇਹਨਾਂ ਕੋਲ ਕੀ ਚੀਜ਼ਾਂ ਨੇ? ਬੇਸਿਕ ਸਿੱਖ ਕਮਿਊਨਿਟੀ ਇਸ ਚੀਜ਼ ਨੂੰ ਸਮਝ ਨਹੀਂ ਰਹੀ, ਨਾ ਪੰਥਕ ਲੋਕ ਸਮਝ ਰਹੇ ਨੇ, ਨਾ ਜਥੇਬੰਦੀਆਂ ਦੇ ਸਪੋਰਟਰ ਸਮਝ ਰਹੇ ਨੇ। ਇਹਨਾਂ ਕੋਲ ਕੀ ਹੈਗਾ? ਇਹਨਾਂ ਕੋਲ ਇੱਕ ਹੈਗਾ ਕਿ ਪੈਸੇ ਦੇ ਕੇ ਅਜਾਇਲਮ ਦੀ ਚਿੱਠੀ ਦੇ ਦਿਓ, 1.5 ਲੱਖ, 50,000 ਜੋ ਮਿਲਦਾ ਜੇਬ ਵਿੱਚ ਪਾਓ, ਆਪਣੀ ਸਿਆਸਤ ਤੋਰੋ। ਉਸ ਦੇ ਬਿਨਾਂ 'ਤੇ ਇਹਨਾਂ ਨੇ ਪੂਰੀ ਦੁਨੀਆ 'ਚ ਕੈਟ ਵੀ ਭੇਜ ਦਿੱਤੇ, ਸਰਕਾਰੀ ਬੰਦੇ ਵੀ ਐਡਜਸਟ ਕਰਾ ਦਿੱਤੇ, ਰਾਹ ਦੇ ਬੰਦੇ ਵੀ ਐਡਜਸਟ ਕਰਾਤੇ, ਇਹਨਾਂ ਲੋਕਾਂ ਦੀਆਂ ਚਿੱਠੀਆਂ ਨਾਲ ਹੀ ਹੋਏ। ਸਹੀ ਵੀ ਹੋਏ ਪਰ ਗਲਤ ਜ਼ਿਆਦਾ ਹੋਏ। ਕਦੇ ਸਿੱਖਾਂ ਨੂੰ ਉਹ ਵੀ ਇੱਕ ਡੇਟਾ ਇਕੱਠਾ ਕਰ ਲੈਣਾ ਚਾਹੀਦਾ। ਦੂਸਰੀ ਚੀਜ਼ ਇਹਨਾਂ ਦੇ ਪੱਲੇ ਹੈਗੀ ਹੈ ਕਿ ਸਿਰਫ ਖਾਲਿਸਤਾਨ ਦੇ ਨਾਂ 'ਤੇ ਸਿਆਸੀ ਰੋਟੀਆਂ ਸੇਕੀ ਜਾਓ ਅਤੇ ਆਪਣਾ ਤੋਰੀ ਫੁਲਕਾ ਬਤੌਰ ਦੁਕਾਨਦਾਰੀ ਤੋਰੀ ਰੱਖੋ ਜੀ, ਕਰੋ ਉਸ ਬਾਰੇ ਕੁਛ ਵੀ ਨਾ। ਅਤੇ ਜੇ ਕੋਈ ਉਸ ਬਾਰੇ ਮੇਰੇ ਵਰਗਾ ਬੰਦਾ ਸਹੀ ਕੰਮ ਕਰਦਾ ਤਾਂ ਉਹਦੇ ਟਿੰਡ 'ਚ ਕਾਨਾ ਫਸਾ ਕੇ ਉਸ ਦੇ ਕੰਮ ਨੂੰ ਮਟੀਆਂ ਮੇਲ ਕਰਾ ਦਿਓ। ਫਿਰ ਇੰਝ ਸਰਕਾਰ ਦੇ ਹਿੱਸੇ ਭੁਗਤ ਜਾਂਦੇ ਨੇ, ਫਿਰ ਇਹਨਾਂ ਦਾ ਕੈਡਰ ਆਪ ਨਿਰਾਸ਼ ਹੋ ਜਾਂਦਾ, ਇਹਨਾਂ ਦਾ ਆਪਣਾ ਕੈਡਰ ਵੀ ਨਿਰਾਸ਼ ਹੋ ਜਾਂਦਾ ਵਨ ਮੈਨ ਸ਼ੋਅ ਕਰਕੇ। ਤੀਸਰੀ ਇਹਨਾਂ ਦੇ ਕੋਲ ਕੀ ਹੈਗੀ ਆ ਕਿ ਆਪਣਾ ਤੋਰੀ ਫੁਲਕਾ ਇਸ ਲੈਵਲ 'ਤੇ ਤੋਰੋ ਕਿ ਆਪਣੇ ਬਰਾਬਰ ਤਾਂ ਕਿਸੇ ਨੂੰ ਕੀ ਆਣ ਦੇਣਾ ਜੀ, ਆਪਣੇ ਸਾਹਮਣੇ ਵੀ ਆਪਣੇ ਕਿਸੇ ਸੈਕਿੰਡ ਇਨ ਕਮਾਂਡ ਨੂੰ ਖੜ੍ਹੇ ਨਹੀਂ ਹੋਣ ਦੇਣਾ। ਜੇ ਕੋਈ ਐਸੀ ਜ਼ਰੂਰਤ ਕਰਦਾ ਜੀ, ਉਹਦੇ ਹੇਠੋਂ ਜ਼ਮੀਨ ਖਿਸਕਾ ਦਿਓ ਜੀ। ਪੰਜਵੀਂ ਚੀਜ਼ ਇਹਨਾਂ ਦੇ ਪੱਲੇ ਹੈਗੀ ਹੈ ਜੀ, ਮਹਾਂਹੰਕਾਰ ਬਹੁਤ ਵੱਡਾ ਇਹਨਾਂ ਸਾਰਿਆਂ ਦੇ ਵਿੱਚ ਹੰਕਾਰ ਹੈਗਾ। ਹੰਕਾਰ ਦੀ ਇੱਕ ਸਿੱਧੀ ਜਿਹੀ ਨਿਸ਼ਾਨੀ ਹੁੰਦੀ ਜੇ, ਜਿਹੜੇ ਲੀਡਰ ਦੀ ਵੀ ਤੁਸੀਂ ਇਹ ਵੀਡੀਓ ਦੇਖ ਲਓ ਜਾਂ ਪੱਤਰਕਾਰ ਸੰਮੇਲਨ ਦੇਖ ਲਓ ਜਾਂ ਕੋਈ ਕਲਿਪਿੰਗ ਦੇਖ ਲਓ, ਲੈਕਚਰ ਦੇਖ ਲਓ, ਉਹਨਾਂ ਦੀਆਂ ਨਾ ਨਾਸਾਂ ਆ ਮੇਰੇ ਵੱਲ ਦੇਖ ਲਓ, ਐਂ ਫੁੱਲੀਆਂ ਹੋਣਗੀਆਂ, ਐਂ ਬੈਠੇ ਹੋਣਗੇ। ਇਹ ਬਹੁਤ ਵੱਡਾ ਹੰਕਾਰ ਆ, ਇਹ ਤੁਹਾਡੇ ਬਾਡੀ ਲੈਂਗੁਏਜ ਦੱਸਦੀ ਹੈ ਤੁਹਾਡਾ ਹੰਕਾਰ।
ਉਹ ਦੈਟ ਮੀਨਸ ਕਿ ਉਹ ਆਪਣੇ ਤੋਂ ਸਿਵਾ ਕਿਸੇ ਹੋਰ ਲਈ ਕੁਛ ਚਾਹੁੰਦੇ ਹੀ ਨਹੀਂ। ਕੌਮ ਉਹਨਾਂ ਦੇ ਏਜੰਡੇ 'ਤੇ ਹੈ ਹੀ ਨਹੀਂ, ਸੇਵਾ ਭਾਵਨਾ ਉਹਨਾਂ ਦੇ ਏਜੰਡੇ 'ਤੇ ਹੈ ਹੀ ਨਹੀਂ, ਲੋਕਾਈ ਦੀ ਭਲਾਈ ਉਹਨਾਂ ਦੇ ਏਜੰਡੇ 'ਤੇ ਹੈ ਹੀ ਨਹੀਂ, ਪੰਜਾਬ ਦੇ ਮੁੱਦੇ ਉਹਨਾਂ ਦੇ ਏਜੰਡੇ 'ਤੇ। ਦੇਖੋ ਅੱਜ ਇਹਨਾਂ ਇਲੈਕਸ਼ਨਾਂ 'ਚ ਪੰਜਾਬ ਦਾ ਮੁੱਦਾ ਕੀ ਹੈ? ਸੁਰਿੰਦਰ ਸਿੰਘ ਜੀ ਨੇ ਬੜੀ ਅੱਛੀ ਗੱਲ ਛੇੜੀ ਜੀ। ਹੁਣ ਜੇ ਆਪਾਂ ਪਟਿਆਲੇ ਦੇ ਵੀ ਕੈਂਡੀਡੇਟ ਦੀ ਗੱਲ ਕਰੀਏ, ਠੀਕ ਆ ਨਾ ਜੀ, ਜਿਹੜਾ ਸਿਟਿੰਗ ਐਮ ਪੀ ਹੈਗਾ, ਮੈਂ ਨਾਂ ਨਹੀਂ ਲੈ ਰਿਹਾ ਕਿਸੇ ਦਾ ਵੀ, ਮੈਂ ਨਾਂ ਲੈ ਕੇ ਕਿਸੇ ਨੂੰ ਵੀ ਉਹ ਨਹੀਂ ਕਰਨਾ ਚਾਹੁੰਦਾ। ਮੁੱਦਾ ਕੀ ਹੈ ਕਿ ਮੈਂ ਅਫੀਮ ਦੀ ਖੇਤੀ ਕਰਾਂ ਦੀ ਇਜਾਜ਼ਤ ਲੈ ਕੇ ਦਾਂਗਾ ਅਤੇ ਪੰਜਾਬ ਪਹਿਲਾਂ ਨਸ਼ਿਆਂ ਹੀ 'ਚ ਆ, ਫਿਰ ਮੈਂ ਨਸ਼ਿਆਂ ਦਾ ਮੁੱਦਾ ਦੇ ਰਿਹਾ ਕਿਉਂਕਿ ਪੰਜਾਬ ਦੇ ਲੋਕ ਨਸ਼ਾ ਚਾਹੁੰਦੇ ਨੇ, ਮੈਨੂੰ ਵੋਟ ਦੇ ਦੇਣਗੇ। ਇਹ ਏਜੰਡੇ ਨਹੀਂ ਨੇ ਪੰਜਾਬ ਦੇ, ਪੰਜਾਬ ਦੇ ਏਜੰਡੇ ਬਿਲਕੁਲ ਡਿਫਰੈਂਟ ਨੇ। ਉਹਨਾਂ ਏਜੰਡਿਆਂ 'ਤੇ ਕਿਸੇ ਵੀ ਪਾਰਟੀ ਨੇ ਆਪਣੇ ਮੈਨੀਫੈਸਟੋ ਵਿੱਚ ਇੱਕ ਵੀ ਅੱਖਰ ਨਹੀਂ ਜੀ ਕਿਹਾ, ਇੱਕ ਵੀ ਅੱਖਰ। ਪੰਜਾਬ ਦੀ ਜਵਾਨੀ ਪਲਾਇਨ ਕਰ ਰਹੀ ਹੈ। ਮੈਂ ਤਾਂ ਇਹ ਕਹਿੰਦਾ ਹੁੰਦਾ ਕਿ ਸਰਕਾਰੀ ਪੱਧਰ 'ਤੇ ਇੰਤਜ਼ਾਮ ਕੀਤੇ ਗਏ ਨੇ, ਪਿਛਲੀ ਸਰਕਾਰ ਨੇ ਵੀ ਕੀਤੇ ਆ, ਸਰਕਾਰ ਨੇ ਵੀ ਕੀਤੇ ਕਿ ਅਸੀਂ ਅੱਜ ਬਾਹਰ ਜਾਣ ਦੀ ਪ੍ਰਬੰਧ ਕਰਕੇ ਦਾਂਗੇ ਸਰਕਾਰੀ ਤੌਰ 'ਤੇ। ਦੈਟ ਮੀਨਸ ਕਿ ਤੁਸੀਂ ਪੰਜਾਬ ਦੇ ਨੌਜਵਾਨਾਂ ਨੂੰ ਸੱਤ, ਜਿਹਨੂੰ ਆਪਾਂ ਕਾਲੇ ਪਾਣੀ ਦੀ ਸਜ਼ਾ ਕਹਿੰਦੇ ਸੀ ਨਾ, ਉਸ ਕਾਲੇ ਪਾਣੀ ਦੀ ਸਜ਼ਾ 'ਚ, ਲਾਲਚ 'ਚ ਧਕੇਲਦੇ ਪਏ ਹਾਂ, ਪੰਜਾਬ ਵਿਹਲਾ ਹੋ ਜਾਏ। ਤੁਸੀਂ ਇਹ ਦੇਖੋ, ਹਰ ਸਾਲ ਪੰਜਾਬ ਦਾ 1 ਲੱਖ ਤੋਂ 1.5 ਲੱਖ ਨੌਜਵਾਨ ਬਾਹਰ ਚਲਾ ਜਾਂਦਾ, ਔਰ ਪਿਛਲੇ ਲਗਭਗ 20 ਸਾਲਾਂ ਤੋਂ ਇਹ ਸਿਲਸਿਲਾ ਚੱਲ ਰਿਹਾ ਜੀ। ਪੰਜਾਬ ਦੀ ਆਬਾਦੀ ਘੱਟਦੀ ਨਹੀਂ, ਵੱਧ ਜਾਂਦੀ ਹੈ ਜੀ। ਦੈਟ ਮੀਨਸ ਕਿ ਏਜੰਸੀਆਂ ਬੜੀਆਂ ਸੁਚੇਤ ਨੇ, ਜਿੰਨੇ ਬਾਹਰ ਜਾਂਦੇ ਨੇ ਉਸ ਤੋਂ ਵੱਧ ਪੰਜਾਬ ਵਿੱਚ ਲਿਆ ਕੇ ਵਸਾ ਦਿੱਤੇ ਜਾਂਦੇ ਨੇ। ਅਤੇ ਸਾਡੇ ਕੋਲ ਤਾਂ ਅਸੀਂ ਐਵੇਂ ਕਹੀ ਜਾਂਦੇ ਹਾਂ ਕਿ ਬਈ ਫਲਾਣੇ ਵੋਟਰ ਇੰਨੇ ਨੇ, ਫਲਾਣੇ ਇੰਨੇ ਨੇ, ਫਲਾਣੇ ਇੰਨੇ ਨੇ। ਸਾਡੇ ਕੋਲ ਪੰਜਾਬ ਦੇ ਬੋਨਾਫਾਈਟ ਵੋਟਰ ਹੁਣ ਬਚੇ ਹੀ ਨਹੀਂ ਜੇ ਹੈਗੇ, ਅਸੀਂ ਮਨੋਰਟੀ 'ਚ ਆ ਗਏ ਹਾਂ ਜੀ। ਇਹ ਅਸਲ ਮੁੱਦਾ, ਪਾਣੀ ਦਾ ਮੁੱਦਾ ਪੰਜਾਬ ਦਾ ਅਸਲ ਹੈ। ਮੈਂ 1990 'ਚ ਪਾਰਲੀਮੈਂਟ 'ਚ ਕਿਹਾ ਸੀ ਕਿ 20 ਤੋਂ 30 ਸਾਲਾਂ 'ਚ ਪੰਜਾਬ ਮਾਰੂਥਲ ਬਣ ਜਾਏਗਾ। ਉਦੋਂ ਭਾਰਤੀ ਕਿਸਾਨ ਯੂਨੀਅਨ ਵੀ ਅਸੀਂ ਸੀ, ਬਹਿਰੂ ਵਰਗਿਆਂ ਨੇ ਮੇਰਾ ਮਜ਼ਾਕ ਉਡਾਇਆ ਸੀ ਸਟੇਜਾਂ 'ਤੇ ਕਿ ਅਜੀਬ ਜਿਹੀਆਂ ਗੱਲਾਂ ਕਰਦੇ ਨੇ ਜੀ। ਅੱਜ ਉਹ ਮੁੱਦੇ ਤੁਹਾਡੇ ਸਾਡੇ ਸਾਰੇ ਬਲਾਕ ਪਾਣੀ ਦੇ ਲੈਵਲ 'ਤੇ, ਧਰਤੀ ਹੇਠਲੇ ਵੀ ਅਤੇ ਪੀਣ ਯੋਗ ਪਾਣੀ, ਦੋਨੋਂ ਚੀਜ਼ਾਂ ਪੰਜਾਬ ਕੋਲ ਨਹੀਂ ਬਚੀਆਂ। ਉਹ ਮੁੱਦੇ ਜਿਹੜੇ ਨੇ ਵਸਾ ਦਿੱਤੇ ਨੇ। ਤੇ ਸੁਰਿੰਦਰ ਸਿੰਘ ਜੀ ਜਿਸ ਤਰ੍ਹਾਂ, ਔਰ ਮੈਂ ਤੀਸਰਾ ਮੁੱਦਾ ਕਹਿਣਾ ਚਾਹੁੰਦਾ, ਇਸ ਤੋਂ ਬਾਅਦ ਮੈਂ ਲੰਬੀ ਗੱਲ ਨਹੀਂ ਕਰਦਾ। ਤੀਸਰਾ ਸਭ ਤੋਂ ਵੱਡਾ ਮੁੱਦਾ ਹੈ ਜੇ ਜੋ ਕਰੰਟ ਮੁੱਦਾ ਸਾਡੇ ਸਾਹਮਣੇ ਆ ਗਿਆ, ਅਗਲੇ 2 ਜਾਂ 4 ਸਾਲਾਂ ਤੋਂ ਬਾਅਦ ਪੰਜਾਬ ਦੀ ਕੋਈ ਵੀ ਜਿਨਸ FCI ਨੇ ਨਹੀਂ ਜੇ ਖਰੀਦਣੀ। ਇਹ ਜੇ ਸਾਡਾ ਸਭ ਤੋਂ ਵੱਡਾ ਮੁੱਦਾ, ਕਿਸਾਨ ਕੀ ਕਰਨਗੇ? ਹਾਂ, ਉਹ ਤਾਂ ਅਲੱਗ ਟੁੱਟ ਜਾਣਾ ਜੇ ਕਹਿੰਦੇ ਖਰੀਦ ਨਾ, ਉਹ ਖਤਮ ਹੋ ਗਈ ਜੀ, ਬਿੱਲ ਪਾਸ ਹੋ ਗਏ ਨੇ। ਬਾਦਲਾਂ ਨੇ ਉਹਦੀ ਸਪੋਰਟ ਕੀਤੀ ਹੈ, ਆਪ ਨੇ ਵੀ ਸਪੋਰਟ ਕੀਤੀ ਹੈ, ਸਾਰੀਆਂ ਧਿਰਾਂ ਨੇ ਸਪੋਰਟ ਕੀਤੀ ਹੈ ਜੀ। ਤੇ ਮਨਮਰਜ਼ੀ ਦੇ ਰੇਟ ਫਿਰ ਕਣਕ ਝੋਨਾ ਜਿਹੜਾ ਵਿਕਣਾ ਉਹਦੇ ਰੇਟ ਥੱਲੇ ਆਉਣਾ, ਕਿਸਾਨੀ ਨੂੰ ਸਮੱਸਿਆ। ਸੁਰਿੰਦਰ ਸਿੰਘ ਜੀ, ਪਿਛਲੇ ਦਿਨੀ ਇੱਕ ਸਟੇਟਮੈਂਟ ਆਈ ਸੀ, ਸਟੇਟਮੈਂਟ ਬਹੁਤ ਵੱਡੀ ਸੀ, ਸਿਮਟ ਕੇ ਰਹਿ ਗਈ। ਅਕਾਲੀ ਵੀ ਉਹਨੂੰ ਹਾਈਜੈਕ ਨਹੀਂ ਕਰ ਰਹੇ, ਕੈਸ਼ ਨਹੀਂ ਕਰ ਰਹੇ, ਵਖਿਆਨ ਨਹੀਂ ਕਰ ਰਹੇ ਕਿ ਸੈਂਟਰ ਸਰਕਾਰ ਦਾ ਇੱਕ ਬਿਆਨ ਆਇਆ ਸੀ ਕਿ ਸਿੱਖਾਂ ਦੀਆਂ ਕਾਲੀਆਂ ਸੂਚੀਆਂ ਖਤਮ ਕਰ ਦਿੱਤੀਆਂ। 57 ਕੁ ਲੋਕਾਂ ਦਾ ਨਾਂ ਦੱਸਿਆ ਜਾਂਦਾ ਮਨਮੋਹਨ ਸਿੰਘ ਸਰਕਾਰ ਦੇ ਵਕਤ, ਅੱਜ ਪਤਾ ਨਹੀਂ ਕਿੰਨੇ ਲੋਕ ਕਾਲੀ ਸੂਚੀ 'ਚ ਨੇ। ਉਸ ਤੋਂ ਬਾਅਦ ਨਾ ਤਾਂ ਅਕਾਲੀਆਂ ਨੇ ਇਸ ਨੂੰ ਕੋਈ ਬਹੁਤਾ ਪ੍ਰਚਾਰਿਆ ਜਾਂ ਹਾਈਲਾਈਟ ਕੀਤਾ ਜਾਂ ਕੈਸ਼ ਕੀਤਾ, ਅਜੇ ਬਾਹਰੋਂ ਵੀ ਕੋਈ ਕਾਲੀ ਸੂਚੀ 'ਚ ਜਿਹੜਾ ਵਿਅਕਤੀ ਆ ਉਹਨੇ ਟਰਾਈ ਨਹੀਂ ਕੀਤਾ ਕਿ ਮੈਂ ਵੀਜ਼ਾ ਲੈ ਕੇ ਵੇਖਾਂ ਕਿ ਖਤਮ ਹੋ ਗਈਆਂ ਕਿ ਨਹੀਂ। ਇਹ ਕੀ ਹੈ ਕਾਲੀ ਸੂਚੀ ਦਾ ਮਾਮਲਾ, ਜਾਂ ਇਹ ਇਲੈਕਸ਼ਨ ਮੁੱਦਾ ਜੁਮਲਾ ਕੈਸ਼ ਕੀਤਾ ਗਿਆ? ਨਹੀਂ, ਬੇਸਿਕਲੀ ਟਵਾਣਾ ਸਾਹਿਬ, ਇਹ ਇਲੈਕਸ਼ਨ ਦੇ ਮੁੱਦੇ ਹੀ ਹੁੰਦੇ ਆ, ਇਲੈਕਸ਼ਨ ਤੱਕ ਹੀ ਸੀਮਤ ਹੁੰਦੇ ਆ, ਇਲੈਕਸ਼ਨ ਤੋਂ ਬਾਅਦ ਇਹ ਦਿਖਾਈ ਨਹੀਂ ਦਿੰਦੇ। ਹੁਣ ਰਹੀ ਗੱਲ ਕਾਲੀ ਸੂਚੀ ਦੀ, ਕਾਲੀ ਸੂਚੀ ਕੀ ਆ? ਬੰਦਾ ਜਾ ਕੇ ਕਿਸੇ ਵੀ ਹੋਰ ਕੰਟਰੀ ਦਾ ਸਿਟੀਜਨ ਬਣ ਗਿਆ, ਤੁਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ, ਜਾਂ ਉੱਥੋਂ ਦੀ ਕੋਰਟ ਨੇ ਉਹਨੂੰ ਸਟੇ ਦੇ ਦਿੱਤੀ, ਤੁਸੀਂ ਉਹਨੂੰ ਵਾਪਸ ਨਹੀਂ ਲਿਆ ਸਕਦੇ। ਲੇਕਿਨ ਉਹ ਤੁਹਾਨੂੰ ਕੁਛ ਕੇਸਾਂ 'ਚ ਵਾਂਟਿਡ ਹੈ, ਜੇ ਉਹ ਤੁਹਾਨੂੰ ਵਾਂਟਿਡ ਆ ਤਾਂ ਤੁਸੀਂ ਜਿੰਨੇ ਇੰਟਰਨੈਸ਼ਨਲ ਏਅਰਪੋਰਟ ਨੇ ਉਹਦੇ ਉੱਤੇ ਲੁੱਕ ਆਊਟ ਨੋਟਿਸ ਜਿਹੜਾ ਉਹ ਇਸ਼ੂ ਹੋ ਜਾਂਦਾ ਬਾਈ ਨੇਮ ਉਹਨਾਂ ਦਾ। ਜਦੋਂ ਵੀ ਉਹ ਉੱਥੇ ਉਸ ਕੰਟਰੀ 'ਚ ਐਂਟਰ ਹੋਏਗਾ ਤਾਂ ਆਟੋਮੈਟਿਕਲੀ ਉਹਦੀ ਅਰੈਸਟ ਹੋ ਜਾਂਦੀ ਹੈ। ਉਹ ਸੀ ਉਹਦਾ ਨਾਂ ਇਹਨਾਂ ਨੇ ਕਾਲੀ ਸੂਚੀ ਰੱਖਿਆ ਹੋਇਆ ਸੀ, ਵੀ ਉਸ ਕਾਲੀ ਸੂਚੀ 'ਚ ਪਾਏ ਹੋਏ ਆ, ਵੀ ਉਹ ਇੰਡੀਆ ਕਦੀ ਆ ਹੀ ਨਹੀਂ ਸਕਦੇ। ਉਹ ਥੋੜ੍ਹੀ ਨਹੀਂ ਸੀ ਸੂਚੀ, ਬਹੁਤ ਲੰਬੀ ਸੀ। ਲੇਕਿਨ ਅੱਜ ਤੱਕ ਟਵਾਣਾ ਸਾਹਿਬ ਹਰ ਸਰਕਾਰ ਦੇ ਵਿੱਚ, ਇਹ 1997 ਤੋਂ ਸ਼ੁਰੂ ਹੋਇਆ ਜੀ, ਅਸੀਂ ਕਾਲੀ ਸੂਚੀ ਖਤਮ ਕਰਾ ਦਿੱਤੀ, ਅਸੀਂ ਖਤਮ ਕਰਾ ਦਿੱਤੀ, ਲੇਕਿਨ ਕੋਈ ਨਹੀਂ ਅੱਜ ਤੱਕ ਦੱਸ ਸਕਿਆ ਵੀ ਕਾਲੀ ਸੂਚੀ 'ਚ 1984 ਤੋਂ ਲੈ ਕੇ ਕਿੰਨਿਆਂ ਦੇ ਨਾਂ ਪਾਏ ਗਏ।
ਤੇ ਕਿੰਨਿਆਂ ਦੇ ਕਦੋਂ ਕਦੋਂ ਕੱਢੇ ਗਏ ਤੇ ਕਿਹੜੇ ਬੱਚੇ ਨੇ, ਇਹ ਅੱਜ ਤੱਕ ਆਇਆ ਹੀ ਨਹੀਂ। ਸਿਰਫ ਇਹ ਆ ਕਿ ਇਲੈਕਸ਼ਨਾਂ ਦਾ ਦੌਰ ਆਉਂਦਾ ਜਾਂ ਜਦੋਂ ਕੋਈ ਮੁੱਦਾ ਉੱਠਦਾ ਉਸ ਵੇਲੇ ਕਹਿ ਦਿੱਤਾ ਜਾਂਦਾ ਕਿ ਕਾਲੀ ਸੂਚੀ ਅਸੀਂ ਖਤਮ ਕਰਾ ਦਿੱਤੀ, ਬਸ ਖਤਮ ਕਰਾ ਦਿੱਤੀ ਭੰਬਲ ਭੂਸਾ ਟਵਾਣਾ ਸਾਹਿਬ। ਕਦੀ ਵੀ ਕਲੀਅਰ ਨਹੀਂ ਹੋਈ ਕਿ ਟੋਟਲ ਕਿੰਨੇ ਸੀ, ਉਹਦੇ ਚੋਂ ਕਿੰਨਿਆਂ ਦੀ ਖਤਮ ਕੀਤੀ। ਉਹ ਬਾਏ ਨੇਮ ਆਵੇ ਇੱਥੇ ਇੰਡੀਆ ਦੇ ਪੰਜਾਬ ਦੇ ਕਿਸ ਕੋਨੇ ਦੇ ਉਹ ਰਹਿਣ ਵਾਲੇ ਸੀ, ਅੱਜ ਕਿੱਥੇ ਰਹਿ ਰਹੇ ਨੇ, ਕਲੀਅਰ ਤਾਂ ਹੋਵੇ ਕਿ ਕੌਣ ਕੌਣ ਨੇ। ਉਹ ਬਾਹਰ ਵੀ ਉਹਨਾਂ ਨੂੰ ਪਤਾ ਲੱਗੇ ਕਿ ਕੀ ਅਸੀਂ ਕਾਲੀ, ਬਹੁਤੇ ਤਾਂ ਸ਼ਾਇਦ ਇਸੇ ਡਰ ਕਰਕੇ ਬੈਠੇ ਆ ਕਿ ਸਾਡਾ ਨਾਂ ਕਾਲੀ ਸੂਚੀ 'ਚ, ਅਸੀਂ ਜਾ ਹੀ ਨਹੀਂ ਸਕਦੇ, ਉਹ ਇਸ ਕਰਕੇ ਨਹੀਂ ਆ ਰਹੇ। ਮਤਲਬ ਹਾਲਾਤ ਉਹਦੇ 'ਚ ਗੱਲ ਇਹ ਹੈ ਕਿ ਕਈ ਲੋਕ ਹੈਗੇ ਨੇ ਕਿ ਨਹੀਂ ਵੀ, ਕਈ ਮੇਰੇ ਵਰਗੇ ਵੈਸੇ ਹੀ ਕ੍ਰੈਡਿਟ ਲੈਂਦੇ ਨੇ ਕਿ ਯਾਰ ਮੈਨੂੰ ਬਲੈਕਲਿਸਟ ਕੀਤਾ ਹੋਇਆ, ਜਾਣਾ ਆਪ ਨਹੀਂ ਚਾਹੁੰਦੇ। ਕਿ ਇੱਦਾਂ ਵੀ ਹੈ ਤਿੰਦਰਪਾਲ ਸਿੰਘ ਜੀ ਫੋਕੇ ਕ੍ਰੈਡਿਟ ਲੈਣ ਵਾਲੇ? ਦੇਖੋ ਹਰ ਕੀ ਹੈ, ਕਿਉਂਕਿ ਆਰਟੀਆਈ ਦੇ ਵਿੱਚ ਵੀ ਸ਼ਾਇਦ ਨਹੀਂ ਦੱਸੇਗਾ ਗ੍ਰਹਿ ਮੰਤਰਾਲਾ ਕੀ ਮਾਜਰਾ ਹੈ। ਦੇਖੋ ਕਾਲੀ ਸੂਚੀ ਦੀ ਜਿੰਨੀ ਗੱਲ ਇਹਨਾਂ ਨੇ ਕੀਤੀ ਬੜੀ ਵਾਜਬ ਕੀਤੀ ਸਰਦਾਰ ਸੁਰਿੰਦਰ ਸਿੰਘ ਜੀ ਨੇ, ਮੈਂ ਇਸ ਦਾ ਕਾਨੂੰਨੀ ਪੱਖ ਤੁਹਾਡੇ ਨਾਲ ਡਿਸਕਸ ਕਰਨਾ ਚਾਹੁੰਦਾ, ਕਿਉਂਕਿ ਮੈਂ ਅਜੇ ਮੈਂਬਰ ਪਾਰਲੀਮੈਂਟ ਇਸ ਇਸ਼ੂ ਨੂੰ ਉਠਾਇਆ ਵੀ ਤੇ ਬੜਾ ਦੂਰ ਤੱਕ ਲੈ ਕੇ ਵੀ ਗਿਆ ਸੀ। ਮੈਨੂੰ ਕੁਐਸਚਨ ਵਿੱਚ ਪਾਰਲੀਮੈਂਟ ਦੇ ਰਿਟਨ ਸਵਾਲ ਵਿੱਚ ਹੋਮ ਮਿਨਿਸਟਰ ਨੇ ਇਹ ਕਿਹਾ ਸੀ ਕਿ ਅਸੀਂ ਕੋਈ ਕਾਲੀ ਸੂਚੀ ਨਹੀਂ ਬਣਾਈ ਹੋਈ। ਓਕੇ, ਠੀਕ ਆ ਜੀ। ਫਿਰ ਮੈਂ ਦੁਨੀਆ ਭਰ ਦੇ ਸਿੱਖਾਂ ਨੂੰ ਕਿਹਾ ਕਿ ਵੀ ਮੈਨੂੰ ਕੋਈ ਦੋ ਤਿੰਨ ਨਾਂ ਤਾਂ ਦਿਓ ਜਿਹਨਾਂ ਨੂੰ ਰੋਕਿਆ ਜਾ ਰਿਹਾ, ਜਿਹਨਾਂ ਨੂੰ ਕਿਹਾ ਜਾ ਰਿਹਾ, ਜਿਹਨਾਂ ਨੂੰ ਵੀਜ਼ੇ ਤੋਂ ਇਨਕਾਰ ਕੀਤਾ ਜਾ ਰਿਹਾ ਇੰਡੀਅਨ ਵੀਜ਼ਾ। ਜਦੋਂ ਤੱਕ ਮੈਂ ਮੈਂਬਰ ਪਾਰਲੀਮੈਂਟ ਰਿਹਾ ਮੇਰੇ ਕੋਲ ਕਿਸੇ ਦਾ ਨਾਂ ਨਹੀਂ ਆਇਆ। ਮੈਂ ਬੜੀ ਇੰਟਰਸਟਿੰਗ ਗੱਲ ਤੁਹਾਨੂੰ ਦੱਸਣ ਜਾ ਰਿਹਾ, ਕਾਨੂੰਨੀ ਪੱਖ। ਜਦੋਂ ਮੈਂ ਮੈਂਬਰ ਪਾਰਲੀਮੈਂਟ ਨਹੀਂ ਰਿਹਾ, ਉਸ ਤੋਂ ਬਾਅਦ ਜਦੋਂ ਮਨਮੋਹਨ ਸਿੰਘ ਸਰਕਾਰ ਆਈ ਹੈ ਪਹਿਲੀ ਵਾਰੀ, ਉਦੋਂ ਮੇਰੇ ਕੋਲ ਦੋ ਨਾਂ ਲੈ ਕੇ ਸਰਦਾਰ ਕੈਨੇਡਾ ਤੋਂ ਸਰਦਾਰ ਕੁਲਤਾਰ ਸਿੰਘ ਅਤੇ ਇੱਕ ਸਰਦਾਰ ਆਪਣਾ ਲਖਵਿੰਦਰ ਸਿੰਘ ਲੱਖੀ, ਇਹ ਆਏ ਜੀ ਕਿ ਆ ਦੋ ਬੰਦੇ ਨੇ ਤੁਸੀਂ ਪੁੱਛਿਆ ਸੀ। ਮੈਂ ਕਿਹਾ ਯਾਰ ਹੁਣ ਤਾਂ ਮੈਂ ਮੈਂਬਰ ਪਾਰਲੀਮੈਂਟ ਵੀ ਨਹੀਂ ਹੈਗਾ, ਪਰ ਚਲੋ ਤੁਸੀਂ ਆਏ ਹੋ ਅਤੇ ਆਪਾਂ ਇਸ ਇਸ਼ੂ ਨੂੰ ਚੁੱਕਦੇ ਹਾਂ। ਮੈਂ ਪ੍ਰਾਈਮ ਮਿਨਿਸਟਰ ਤੋਂ ਟਾਈਮ ਲੈ ਕੇ, ਸਰਦਾਰ ਮਨਮੋਹਨ ਸਿੰਘ ਜੀ ਤੋਂ ਟਾਈਮ ਲੈ ਕੇ, ਉਹਨਾਂ ਨੂੰ ਆਪਣੇ ਨਾਲ ਹੀ ਲੈ ਕੇ, ਕਿਉਂਕਿ ਕੱਲ੍ਹ ਨੂੰ ਫਿਰ ਬੰਦੇ ਕੁਛ ਹੋਰ ਗੱਲਾਂ ਬਣਾ ਦਿੰਦੇ ਨੇ। ਮੈਂ ਉਹਨਾਂ ਨੂੰ ਮਿਲਿਆ, ਮੈਂ ਉਹਨਾਂ ਦੇ ਸਾਹਮਣੇ ਮੁੱਦਾ ਧਰਿਆ, ਮੈਂ ਕਿਹਾ ਜੀ ਇਹ ਕੁਐਸਚਨ ਦਾ ਆਨਸਰ ਸੀ, ਇਹ ਹੁਣ ਮੇਰੇ ਕੋਲ ਪ੍ਰੂਫ ਹੈ। ਉਹਨਾਂ ਨੇ ਦੋਨੋਂ ਟੈਲੀ ਕੀਤੇ, ਕਹਿੰਦੇ ਬੜਾ ਸੈਂਸਿਟਿਵ ਮੁੱਦਾ ਹੋ ਗਿਆ ਤਾਂ, ਮੈਂ ਕਿਹਾ ਜੀ ਬਿਲਕੁਲ। ਕਹਿੰਦੇ ਮੈਨੂੰ ਤੁਸੀਂ ਟਾਈਮ ਦਿਓ, ਉਹਨਾਂ ਨੇ ਮੇਰੇ ਤੋਂ 10 ਦਿਨ ਦਾ ਟਾਈਮ ਲਿਆ। ਅਸੀਂ 10 ਦਿਨ ਬਾਅਦ ਜਾ ਕੇ ਫਿਰ ਮਿਲੇ, ਜਿਸ ਵੇਲੇ 10 ਦਿਨ ਬਾਅਦ ਜਾ ਕੇ ਫਿਰ ਮਿਲੇ ਤੇ ਸਰਦਾਰ ਮਨਮੋਹਨ ਸਿੰਘ ਦੀ ਵਰਡਿੰਗ ਸੀ ਕਿ ਜਿਹੜੀ ਇਹ ਲਿਸਟ ਬਣਾਈ ਜਾਂਦੀ ਹੈ ਇਹ ਨੈਸ਼ਨਲ ਸਿਕਿਉਰਿਟੀ ਕੌਂਸਲ ਹੈਗੀ ਆ, ਉਹ ਲਿਸਟ ਬਣਾਉਂਦੀ ਹੈ, ਉਹਦੇ ਵਿੱਚ ਪਰਮਾਨੈਂਟ ਕਦੇ ਵੀ ਕੋਈ ਬੰਦਾ ਨਹੀਂ ਰਹਿੰਦਾ, ਕਦੇ ਕੋਈ ਹੈਗਾ ਕਦੇ ਕੋਈ ਨਹੀਂ ਹੈਗਾ। ਤੇ ਜਿਹੜੇ ਹੁਣ ਤੁਸੀਂ ਦੋ ਬੰਦੇ ਕਹੇ ਨੇ ਇਹ ਦੋਨੋਂ ਉਹ ਦੋਨੋਂ ਬੰਦੇ ਜੀ ਇੰਡੀਆ ਤੋਂ ਵਾਪਸ ਭੇਜੇ ਗਏ ਸੀ, ਠੀਕ ਆ ਜੀ। ਕਹਿੰਦੇ ਜੀ ਹੁਣ ਉਹ ਨਹੀਂ ਨੇ, ਮੈਂ ਸਿਰਫ ਇੰਨਾ ਕਹਿ ਸਕਦਾ ਅਤੇ ਇਸ ਤੋਂ ਵੱਧ ਮੈਂ ਤੁਹਾਨੂੰ ਕੁਛ ਵੀ ਨਹੀਂ ਦੱਸ ਸਕਦਾ ਇਸ ਸੰਬੰਧ ਵਿੱਚ। ਮੈਂ ਕਿਹਾ ਜੀ ਇਹ ਸੂਚੀ ਰੱਦ ਕੌਣ ਕਰਦਾ ਆ, ਇਹਨੂੰ ਖਤਮ ਕੌਣ ਕਰੇਗਾ? ਬੜੀ ਸਪਸ਼ਟ ਡਾਕਟਰ ਮਨਮੋਹਨ ਸਿੰਘ ਜੀ ਨੇ ਮੈਨੂੰ ਗੱਲ ਕੀਤੀ, ਉਸ ਵੇਲੇ ਮੈਂ ਉਹਨਾਂ ਦਾ ਥੈਂਕਸ ਵੀ ਕੀਤਾ ਉਸ ਗੱਲ ਲਈ, ਔਰ ਬੰਦਾ ਵੀ ਸੀ ਥੈਂਕਸ ਕਰਨਾ। ਉਹਨਾਂ ਨੇ ਕਿਹਾ ਜੀ ਇੰਡੀਆ ਦੇ ਪ੍ਰਾਈਮ ਮਿਨਿਸਟਰ ਦੇ ਅਤੇ ਕਿਸੇ ਵੀ ਪੋਲੀਟੀਸ਼ੀਅਨ ਦੇ ਹੱਥ ਵਿੱਚ ਨਹੀਂ ਹੈਗਾ ਮੁੱਦਾ, ਇਸ ਨੂੰ ਨਾ ਕੋਈ ਰੱਦ ਕਰ ਸਕਦਾ ਨਾ ਕੋਈ ਖਤਮ ਕਰਾ ਸਕਦਾ, ਇਹ ਇੰਡੀਅਨ ਨੈਸ਼ਨਲ ਸਿਕਿਉਰਿਟੀ ਕੌਂਸਲ ਇਸ ਚੀਜ਼ ਨੂੰ ਡੀਲ ਕਰਦੀ ਹੈ। ਈਵਨ ਪ੍ਰਾਈਮ ਮਿਨਿਸਟਰ ਦੇ ਤੌਰ 'ਤੇ ਜੇ ਮੈਂ ਕਹਿਣਾ ਕਿ ਜੀ ਮੈਂ ਸਾਰੀ ਲਿਸਟ ਰੱਦ ਕਰਨੀ ਹੈ ਜੋ ਵੀ ਹੈਗੀ ਹੈ, ਮੈਂ ਨਹੀਂ ਕਰ ਸਕਦਾ। ਉਹਨਾਂ ਨੇ ਬੜੀ ਓਪਨਲੀ ਉਹਨਾਂ ਦੋਨਾਂ ਬੰਦਿਆਂ ਦੇ ਸਾਹਮਣੇ ਆ ਗੱਲ ਕਹੀ। ਪਰ ਹੁਣ ਸਿੱਖਾਂ ਦਾ ਜ਼ਮੀਰ ਹੁੰਦਾ ਨਾ ਜੀ, ਸਾਡੇ ਜ਼ਮੀਰ ਮਰ ਗਿਆ ਤੇ ਇਹ ਹੈ ਹੀ ਨਹੀਂ ਜੀ, ਸਿਆਸੀ ਇਹ ਸਿਰਫ ਸਿਆਸੀ ਜੁਮਲਾ ਜੀ। ਜੇ ਕਾਲੀ ਸੂਚੀ ਰੱਦ ਹੋ ਗਈ, ਮੈਂ ਬਿਲਕੁਲ ਪ੍ਰੈਕਟੀਕਲ ਗੱਲ ਕਰਦਾ ਜੀ, ਜੇ ਕਾਲੀ ਸੂਚੀ ਰੱਦ ਹੋ ਗਈ ਹੈ ਤੇ ਫਿਰ ਸਰਦਾਰ ਜੋਲ ਨੂੰ ਜੇਲ੍ਹ ਤੋਂ ਬਾਹਰ ਕੱਢ ਦੇਣਾ ਚਾਹੀਦਾ, ਕਿਉਂਕਿ ਇੰਡੀਆ ਇਸ ਤਾਂ ਦੇਖੋ ਉਸ ਤੋਂ ਕਾਲੀ ਸੂਚੀ 'ਚ ਨਹੀਂ, ਮਾਫ ਕਰਨਾ, ਉਹ ਤੇ ਇੱਕ ਕੇਸ ਰਜਿਸਟਰਡ ਹੈ। ਕਾਲੀ ਸੂਚੀ ਤਾਂ ਇਹ ਕਿ ਬਾਹਰੋਂ ਆਉਣ ਦਾ ਵੀਜ਼ਾ ਹੀ ਨਹੀਂ ਦਿੱਤਾ ਜਾਂਦਾ ਉਸ ਬੰਦੇ ਨੂੰ। ਨਹੀਂ ਨਹੀਂ ਨਹੀਂ, ਕਈ ਆ ਕੇ ਚਲੇ ਵੀ ਜਾਂਦੇ ਆ, ਕਈ ਆ ਕੇ ਚੈੱਕ ਨਹੀਂ ਹੁੰਦਾ। ਮੇਰੇ ਕੋਲ ਬਾਹਰੋਂ ਹੀ ਆਈ ਹੋਈ ਇੱਕ ਲਿਸਟ ਹੈਗੀ ਆ, ਮੈਂ ਉਹਨਾਂ ਦੇ ਨਾਂ ਡਿਕਲੇਅਰ ਨਹੀਂ ਕਰਨਾ ਚਾਹੁੰਦਾ। 118 ਬੰਦੇ ਪੀਓ ਨੇ ਜਿਹੜੇ, ਹਾਂਜੀ, ਉਹ ਆ ਕੇ ਕਈ ਵਾਰੀ ਜਾ ਚੁੱਕੇ ਨੇ, ਉਹ ਤਾਂ ਚੈੱਕ ਨਹੀਂ ਹੁੰਦਾ ਨਾ ਕਈ ਵਾਰੀ ਜੀ। ਚੈੱਕ ਨਾ ਹੋਣ ਵਾਲੀ ਗੱਲ, ਮੈਂ ਲੀਗਲੀ ਪੱਖ ਤੋਂ ਵੀ ਇਹਨੂੰ ਦੋ ਤਿੰਨ ਐਂਗਲ ਤੋਂ ਦੇਖਦਾ। ਪਹਿਲੀ ਗੱਲ ਤਾਂ ਜਿਹੜਾ
ਕਾਲੀ ਸੂਚੀ ਤਿਆਰ ਹੋਈ ਹੋਈ ਆ। ਕਾਲੀ ਸੂਚੀ ਹੈ ਕਿ ਕੁਛ ਬੰਦਿਆਂ ਨੂੰ ਤਾਂ ਉਹਦੇ ਤੇ ਵੀਜ਼ਾ ਹੀ ਨਹੀਂ ਦਿੱਤਾ ਜਾਂਦਾ, ਐਂਟਰੀ ਨਹੀਂ ਹੋਣਾ ਇੰਡੀਆ ਵਾਲੇ ਐਂਟਰੀ ਨਹੀਂ। ਜਦੋਂ ਦੂਸਰਾ ਐਮਬੈਸੀ ਨੂੰ ਦੂਸਰਾ ਆਪਣਾ ਐਮਬੈਸੀ ਨੂੰ ਜਿਵੇਂ ਹਾਲੀਆ ਤੁਹਾਡੀ ਗੱਲ ਵਿਚਾਲਿਆ, ਅਮਰੀਕਾ ਚ ਤਿੰਨ ਬੰਦੇ ਨੇ ਜਿਹੜੇ ਉਹਨਾਂ ਨੂੰ ਮਤਲਬ ਫਲਾਈ ਕਰਨ ਤੋਂ ਰੋਕਿਆ ਹੋਇਆ ਕਿ ਤੁਸੀਂ ਜਹਾਜ਼ ਨਹੀਂ ਚੜ ਸਕਦੇ। ਉਹ ਸੁਰਿੰਦਰ ਸਿੰਘ ਜੀ ਤੁਹਾਡੀ ਪਹਿਲੀ ਵਾਲੀ ਗੱਲ ਕਿ ਜਿਨ੍ਹਾਂ ਨੂੰ ਇੰਟਰਪੋਲ ਦੇ ਉਹਨਾਂ ਨੇ ਨਾ ਦਿੱਤੇ, ਉਸ ਬਿਨਾਂ ਤੇ ਉਹ ਕੈਨੇਡਾ ਚ ਫਲਾਈ ਵੀ ਨਹੀਂ ਕਰ ਸਕਦੇ, ਉਹਨਾਂ ਨੂੰ ਕਾਲੀ ਸੂਚੀ ਹੋਇਆ, ਉਹਨਾਂ ਨੂੰ ਵੀਜ਼ਾ ਹੀ ਨਹੀਂ ਦਿੱਤਾ ਜਾਂਦਾ। ਇੱਕ ਉਹਦੇ ਬਾਅਦ ਆ ਕਿ ਜਿਨ੍ਹਾਂ ਲਈ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੋਇਆ ਉਹ ਆਉਣਗੇ ਤੇ ਉਹ ਏਅਰਪੋਰਟ ਤੇ ਅਰੈਸਟ ਹੋ ਜਾਣਗੇ। ਦੂਜਾ ਤੀਸਰਾ ਪੱਖ ਇਹ ਆ ਜਿਨ੍ਹਾਂ ਨੂੰ ਇਹਨਾਂ ਨੇ ਕਾਲੀ ਸੂਚੀ 'ਚ ਰੱਖਿਆ ਹੋਇਆ ਜਾਂ ਜਿਨ੍ਹਾਂ ਨੂੰ ਇਹਨਾਂ ਨੇ ਲੁੱਕ ਆਊਟ ਨੋਟਿਸ ਜਾਰੀ ਕੀਤਾ ਉਹਨਾਂ ਕੋਲ ਇੱਕ ਈਜ਼ੀ ਵੇ ਜਿਹੜਾ ਉਹ ਕਿਹੜਾ ਹੈ, ਉਹ ਕੇਵਲ ਤੇ ਕੇਵਲ ਹੈ ਉਹ ਜਿਹੜੇ ਵੀ ਕੰਟਰੀ 'ਚ ਬੈਠੇ ਨੇ ਉੱਧਰੋਂ ਉਹ ਹਾਂਗਕਾਂਗ ਨੂੰ ਥਾਈਲੈਂਡ ਨੂੰ ਨਿਕਲਣਗੇ, ਉੱਥੋਂ ਆ ਕੇ ਸਿੱਧਾ ਨੇਪਾਲ ਹੋ ਕੇ ਨੇਪਾਲ ਤੋਂ ਬਾਏ ਰੋਡ ਜਿਹੜਾ ਉਹ ਇੰਡੀਆ 'ਚ ਹੋ ਜਾਂਦੇ ਨੇ। ਉਹਨਾਂ ਕੋਲ ਇੱਕੋ ਇੱਕ ਹੀ ਰਸਤਾ ਜਿਹੜੇ ਰਸਤੇ ਰਾਹੀਂ ਉਹ ਇੰਡੀਆ 'ਚ ਆਉਂਦੇ ਨੇ ਆ ਕੇ ਇੱਥੋਂ ਵਾਪਸ ਚਲ ਜਾਂਦੇ ਆਰਾਮ ਨਾਲ। ਹਾਂ ਆਰਾਮ ਨਾਲ। ਮੈਂ ਪਿਛਲੀਆਂ ਸਰਕਾਰਾਂ 'ਚ ਵੀ ਦੇਖਿਆ, ਅਕਾਲੀ ਦਲ ਦੀ ਸਰਕਾਰ ਆਈ ਉਹਨਾਂ ਕਾਂਗਰਸ ਦੇ ਕੁਛ ਬੰਦਿਆਂ 'ਤੇ ਦੂਸਰਾ FIR ਲੌਸ ਕੀਤੀ, ਉਹ PO ਹੋ ਗਿਆ, ਉਹ ਇਸੇ ਰਸਤੇ ਨਿਕਲਦੇ ਰਹੇ। ਜਦੋਂ ਕਾਂਗਰਸ ਦੀ ਆਈ ਉਹਨਾਂ ਅਕਾਲੀਆਂ 'ਤੇ ਕੀਤੀ, ਉਹ ਵੀ ਉਸੇ ਰਸਤੇ ਨਿਕਲਦੇ ਰਹੇ। ਮਤਲਬ ਉਹ ਈਜ਼ੀ ਰਸਤਾ ਇੱਕੋ ਇੱਕ ਹੀ ਆ ਜਿਹੜਾ ਸਾਰਿਆਂ ਦੇ ਲਈ ਨਿਕਲਦਾ, ਬਾਕੀ ਜਿਹੜੇ ਆ ਚਾਹੇ ਉਹਦੇ ਲਈ ਲੁੱਕ ਆਊਟ ਨੋਟਿਸ ਹੈ ਚਾਹੇ ਉਹਦੇ ਲਈ ਕਾਲੀ ਸੂਚੀ ਆ, ਕਾਲੀ ਸੂਚੀ ਵਾਲਾ ਬਾਹਰੋਂ ਵਾਪਸ ਤੇ ਲੁੱਕ ਆਊਟ ਨੋਟਿਸ ਵਾਲਾ ਜਿਹੜਾ ਉਹ ਆਇਆ ਅਰੈਸਟ ਹੋ ਜਾਣਾ। ਆਹੀ ਇਹਦਾ ਇੱਕੋ ਇੱਕ ਜੀ ਜੀ ਕੁਛ ਵੈਸੇ PO ਨੇ ਜਿਨ੍ਹਾਂ ਦੇ ਕੋਈ ਪਰਸਨਲ ਕੇਸ ਨੇ ਜਾਂ ਲੜਾਈ ਝਗੜੇ ਦੇ ਜਾਂ ਕਿਸੇ ਹੋਰ ਦੇਸ਼ ਵਿਰੋਧੀ ਨੇ ਜਿਹੜੇ ਪ੍ਰੋਗਰਾਮ ਅਫੈਂਡਰ ਨੇ, ਉਹ ਸੂਚੀ ਵੱਖਰੀ ਹੈ ਕਾਲੀ ਸੂਚੀ ਤੋਂ। ਇੱਕ ਵਕਫਾ ਲੈਂਦੇ ਆਪਾਂ ਤਿੰਦਰਪਾਲ ਸਿੰਘ ਜੀ, ਇਸ ਤੋਂ ਬਾਅਦ ਫਿਰ ਜੁੜਦੇ ਹਾਂ। ਅਕਾਲ ਚੈਨਲ ਦੇ ਦਾਨਿਸ਼ਵਾਨ ਦਰਸ਼ਕਾਂ ਦਾ ਇਸ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਵਿੱਚ ਪਰਮਿੰਦਰ ਸਿੰਘ ਟਿਵਾਣਾ ਵੱਲੋਂ ਫਿਰ ਤੋਂ ਸਵਾਗਤ ਅਤੇ ਨਾਲ ਸਵਾਗਤ ਕਰਦੇ ਹਾਂ ਸਾਬਕਾ ਮੈਂਬਰ ਪਾਰਲੀਮੈਂਟ ਅਤਿੰਦਰਪਾਲ ਸਿੰਘ ਖਾਲਿਸਤਾਨੀ ਜੀ, ਸਵਾਗਤ ਹੈ ਤੁਹਾਡਾ। ਅਤੇ ਆਪਣੇ ਦੂਸਰੇ ਮੌਜੂਦ ਮਹਿਮਾਨ ਰਾਜਨੀਤਿਕ ਮਾਮਲਿਆਂ ਦੇ ਮਾਹਰ ਸੁਰਿੰਦਰ ਸਿੰਘ ਜੀ, ਸਵਾਗਤ ਆਪ ਜੀ ਦਾ। ਅਤਿੰਦਰਪਾਲ ਸਿੰਘ ਜੀ, ਜੇ ਪੰਜਾਬ ਦੀ ਇਲੈਕਸ਼ਨ ਵੱਲੋਂ ਆਉਣ ਤੋਂ ਪਹਿਲਾਂ ਮੈਂ ਥੋੜ੍ਹੇ ਲਫ਼ਜ਼ਾਂ 'ਚ ਤੁਹਾਡੇ ਤੋਂ ਸੈਂਟਰ ਦੀ ਸਿਆਸਤ ਬਾਰੇ ਪੁੱਛਾਂ, ਕੀ ਦਿਸ਼ਾ ਕਿ ਆਉਣ ਵਾਲੀ ਲਟਕਵੀਂ ਅਸੈਂਬਲੀ ਹੰਗ ਅਸੈਂਬਲੀ ਨਜ਼ਰ ਆਉਂਦੀ ਹੈ ਜਾਂ ਮੋਦੀ ਸਾਹਿਬ ਹੀ ਬਹੁਮਤ 'ਚ ਆ ਰਹੇ ਨੇ? ਨਹੀਂ, ਮੈਨੂੰ ਇਹ ਲੱਗ ਰਿਹਾ ਜੀ ਮੋਦੀ ਸਾਹਿਬ ਨੂੰ ਕੋਈ ਬਹੁਮਤ ਨਹੀਂ ਮਿਲ ਰਿਹਾ ਅਤੇ ਉਹਨਾਂ ਨੇ ਤਾਂ ਇੱਕ ਬਹੁਤ ਵੱਡਾ ਸਾਜਿਸ਼ੀ ਜਿਹਾ ਢੰਗ ਵਰਤਿਆ ਵਾਰਾਣਸੀ 'ਚ ਵੀ। ਮੈਂ ਕਿਉਂਕਿ ਪੰਜਾਬ ਔਰ ਇੰਡੀਆ ਦੇ ਸੰਦਰਭ ਮੈਂ ਹੋ ਕੇ ਆਇਆ ਸਾਰੇ ਪਾਸੇ। ਐਕਚੁਅਲ ਇੰਜ ਹੈਗਾ ਕਿ ਕਿਸੇ ਵੀ ਪੋਲਿੰਗ ਬੂਥ 'ਤੇ, ਮੈਂ ਟੈਕਨੀਕਲ ਨੁਕਤਾ ਤੁਹਾਨੂੰ ਦੱਸਣਾ ਚਾਹੁੰਦਾ, ਕਿਸੇ ਵੀ ਪੋਲਿੰਗ ਬੂਥ 'ਤੇ ਐਜ਼ ਪਰ ਇਲੈਕਸ਼ਨ ਕਮਿਸ਼ਨਰ ਦੀਆਂ ਆਪਣੀਆਂ ਇੰਸਟਰਕਸ਼ਨਸ ਦੇ ਇਲਾਵਾ 6 ਮਸ਼ੀਨਾਂ ਤੋਂ ਵੱਧ ਮਸ਼ੀਨਾਂ ਨਹੀਂ ਲੱਗ ਸਕਦੀਆਂ। ਠੀਕ ਹੈ ਜੀ, ਜੇ 6 ਮਸ਼ੀਨਾਂ ਤੋਂ ਵੱਧ ਮਸ਼ੀਨਾਂ ਜਿੰਨੇ ਕੈਂਡੀਡੇਟ ਹੋ ਜਾਣ ਫਿਰ ਉੱਥੇ ਇਲੈਕਸ਼ਨ ਥਰੂ ਬੈਲਟ ਹੋਏਗੀ। ਵਾਰਾਣਸੀ 'ਚ ਹੀ ਕੰਮ ਹੋਇਆ ਸੀ, ਬਨਾਰਸ 'ਚ ਉੱਥੇ 100 ਤੋਂ ਵੱਧ ਉਮੀਦਵਾਰ ਨੇ। ਜ਼ਬਰਦਸਤੀ ਮੋਦੀ ਨੂੰ ਮਸ਼ੀਨਾਂ ਦੀ ਹੇਰਾਫੇਰੀ ਰਾਹੀਂ ਜਿਤਾਉਣ ਵਾਸਤੇ ਜਾਂ ਕਿਵੇਂ, ਇਹ ਤਾਂ ਵਕਤ ਦੱਸੇਗਾ। ਪਰ ਜ਼ਬਰਦਸਤੀ ਉੱਥੇ ਉਹਨੇ ਉਮੀਦਵਾਰਾਂ ਦੇ ਨਾਂ ਕੈਂਸਲ ਕਰ ਦਿੱਤੇ ਗਏ ਤਾਂ ਕਿ 6 ਮਸ਼ੀਨਾਂ ਦੇ ਤਹਿਤ ਹੀ ਇਲੈਕਸ਼ਨ ਹੋ ਸਕੇ, ਆਨ ਬੈਲਟ ਇਲੈਕਸ਼ਨ ਨਾ ਪਏ। ਇਹ ਚੀਜ਼ ਦੱਸਦੀ ਹੈ ਕਿ ਅੰਦਰੋਂ ਭਾਜਪਾ ਦੀ ਸਥਿਤੀ ਬਿਲਕੁਲ ਕਮਜ਼ੋਰ ਆ, ਉਹਨਾਂ ਨੂੰ ਖੁਦ ਪਤਾ। ਠੀਕ ਹੈ ਜੀ, ਸਰਕਾਰ ਕਿਹਦੀ ਬਣੇਗੀ ਕਿਹਦੀ ਨਹੀਂ ਬਣੇਗੀ ਇਹ ਤਾਂ ਫਿਊਚਰ ਦੱਸਦਾ, ਕਦੇ ਵੀ ਇਸ ਬਾਰੇ 'ਚ ਭਵਿੱਖਬਾਣੀ ਨਹੀਂ ਕਰਨੀ ਚਾਹੀਦੀ, ਬੜਾ ਬੜਾ ਕੁਛ ਹੋ ਸਕਦਾ। ਪਰ ਇਹ ਕਨਫਰਮ ਲੱਗ ਰਿਹਾ ਇਸ ਵੇਲੇ ਕਿ ਭਾਜਪਾ ਆਪਣੇ ਤੌਰ 'ਤੇ ਜਿਹੜੇ ਉਹ ਦਾਅਵਾ ਕਰਦੇ ਸੀ ਕਿ ਐਤਕੀ ਅਸੀਂ ਹੀ ਸਾਰੀਆਂ ਸੀਟਾਂ ਲੈ ਜਾਵਾਂਗੇ, ਉਹ ਸੰਭਵ ਨਹੀਂ ਲੱਗਦੀਆਂ, ਉਹਨਾਂ ਦੀਆਂ ਸੀਟਾਂ ਘਟਣਗੀਆਂ। ਖਾਸ ਕਰਕੇ ਵੱਡੇ ਸੂਬੇ 80 ਸੀਟਾਂ UP 'ਚ ਨੇ, ਉੱਥੇ ਦੇਖ ਲਓ 2 ਵਿਰੋਧੀ ਇਕੱਠੇ ਹੋ ਗਏ ਨੇ ਅਖਿਲੇਸ਼ ਅਤੇ ਬਸਪਾ, ਉੱਧਰ 42 ਸੀਟਾਂ ਨੇ ਬੰਗਾਲ 'ਚ ਨੇ, ਉੱਥੇ ਤ੍ਰਿਮੂਲ ਕਾਂਗਰਸ ਕਾਫੀ ਸਟਰੋਂਗ ਹੈ। ਸੁਰਿੰਦਰ ਜੀ, ਕਿਵੇਂ ਲੱਗਦੀ ਸੈਂਟਰ ਦੀ ਸਿਆਸਤ? ਟਮਾਣਾ ਸਾਹਿਬ, ਵੱਡੀ ਗੱਲ ਇਹ ਹੈ ਕਿ ਪਹਿਲੀ ਵਾਰ ਸੀ ਕਿ BJP 300 ਦਾ ਅੰਕੜਾ ਜਿਹੜਾ ਉਹ ਪਾਰ ਕਰ ਗਈ ਸੀ, ਇਹ ਉਹਨਾਂ ਦੇ ਇਤਿਹਾਸ 'ਚ ਪਹਿਲੀ ਸੀ।
लेकिन मैं इस बार लगता कि उन्होंने सब तो वड्डी सैटबैक जी उत्तर प्रदेश तो ही लग रही है जिते पिछली बारी 80-73 लै गए से मैं लगता कि सीधा वह 30 आके रुकणगे 50 का घाटा तो उत्थे ही पै गया जिहड़ा कि पूरा नहीं होना उस तो बाद उन्होंने कोशिश की 100 दे विच जाके अपने पैर लाने की उत्थे उन्होंने पैर नहीं लगे बहुत सारिया स्टेटा जे मैं उन्होंने ना लव ठीक है वैसट बंगाल से थोड़े बहुते ला जाएंगे आंध्रा च उन्होंने नहीं लग रहे तमिलनाडु च उन्होंने नहीं लग रहे उड़ीसा च थोड़ा बहुता उन्हों का आधार जरूर है लेकिन वह असैम्बली च नहीं लग रहे पार्लीमेंट च उन्होंने थोड़ा बहुता रहेगा मतलब कोशिश कर रहे हैं लेकिन यह कि जी हिंदी बैल्ट सहारे ते जे मोदी इस बार कहे कि मैं सरकार बना जूंगा तो मैं सरदार रतिंदर पाल सिंह जी की गल ना सहमत हाँ कि मैं लगता उन्होंने अंकड़ा 250 तो नीचे नीचे रुक जाना इतों क्रॉस नहीं होना तो जो टवाणा साहब 250 से गड्डी रुकती है तो फिर तुम्हें 100 सीट का अरेजमेंट जो करना पैना वह बहुत मुश्किल होंगे 25-30-40 का तो हो सकता पार्लीमेंट च इस तो वध नहीं होंगे हाँ सरकार कि बनती है UPA बनाती है बाकी फ्रंट उन्होंने सपोर्ट कर दे क्योंकि मैं थर्ड फ्रंट से भी कुछ ऐसा नहीं दिखाई दे रहा कि जो कोई अलायंस बन जाए जिदे कुछ वड्डिया पार्टियां रल जा कुछ हो जाए वह मैं दिखाई नहीं दे रहा अल्टीमेटली की होएगा कि जोड़ा थर्ड फ्रंट ने ਜਿਹੜੇ ਅਲੱਗ ਅਲੱਗ ਹੋ ਕੇ ਲੜੇ ਨੇ ਉਹ ਆ ਕੇ UPA ਨੂੰ ਹੀ ਸਪੋਰਟ ਕਰਨਗੇ ਤੇ UPA ਬਿਲਕੁਲ ਇੱਕ ਹੋਰ ਪੰਜਾਬ ਚ ਆਈਏ ਦਿੱਲੀ ਚ ਵੀ ਤੇ ਇੱਥੇ ਵੀ ਕਿਉਂ ਹਾਰਸ ਟ੍ਰੇਡਿੰਗ ਹੋ ਰਹੀ ਹੈ ਹੁਣ 3-4 ਜਗ੍ਹਾ ਜ਼ਿਮਨੀ ਚੋਣਾਂ ਫਿਰ ਪੰਜਾਬ ਚ ਮੱਥੇ ਮੜ ਦਿੱਤੀਆਂ ਕੈਪਟਨ ਸਾਹਿਬ ਕਾਂਗਰਸ ਜੁਆਇਨ ਕਰਾਈ ਜਾਂਦੇ ਆਪ ਦੇ MLAs ਨੂੰ ਆਪ ਵਾਲੇ ਇਦਾਂ ਕਿਉਂ ਛੱਡ ਛੱਡ ਭੱਜ ਰਹੇ ਆ ਟਵਾਣਾ ਸਾਹਿਬ ਮੈਂ ਐਸੇ ਚੈਨਲ ਤੇ 11 ਮਾਰਚ 2017 ਨੂੰ ਇੱਕ ਗੱਲ ਜਿਸ ਦਿਨ ਪੰਜਾਬ ਅਸੈਂਬਲੀ ਦੇ ਇਲੈਕਸ਼ਨ ਰਿਜ਼ਲਟ ਆਏ ਸੀ ਮੈਂ ਇੱਕ ਗੱਲ ਕਹੀ ਸੀ ਕਿ 20 ਦੇ 20 ਅਗਲੇ 5 ਸਾਲਾਂ 'ਚ ਇਹ 3 ਪਾਰਟੀਆਂ ਮੇਨ ਨੇ ਪੰਜਾਬ 'ਚ 3 'ਚ ਮਰਜ ਹੋ ਜਾਣਗੇ ਇੱਕ ਵੀ ਇਹਨਾਂ ਕੋਲ ਨਹੀਂ ਰਹਿਣਾ 5 MLA ਉਹਨਾਂ ਦੇ ਰਿਜ਼ਾਈਨ ਕਰ ਚੁੱਕੇ ਆ ਹੁਣ ਤੱਕ ਜਦੋਂ 5 ਰਿਜ਼ਾਈਨ ਕਰ ਗਏ ਤੇ 5 ਇਲੈਕਸ਼ਨਾਂ ਤਾਂ ਸਮਝੋ ਉਹ ਤੁਹਾਡੇ ਸਿਰ 'ਤੇ ਪਈਆਂ ਨੇ ਮਹੀਨੇ ਡੇਢ ਮਹੀਨੇ ਦੇ ਬਾਅਦ ਉਹਦੇ ਬਾਅਦ ਹੁਸ਼ਿਆਰਪੁਰ ਇੱਕ ਐਸੀ ਸੀਟ ਆ ਜਿੱਥੇ ਦੋਨੋਂ ਹੀ MLA ਲੜ ਰਹੇ ਨੇ ਇਹਦਾ ਮਤਲਬ 6 ਤਾਂ ਕਨਫਰਮ ਹੋ ਗਈਆਂ ਨੇ 9 MLA ਲੜ ਰਹੇ ਨੇ ਨਹੀਂ ਮੈਂ ਉਹ ਬਾਕੀਆਂ ਤੇ ਅਜੇ ਬਾਅਦ 'ਚ ਆਉਣਾ ਇਹ 6 ਤਾਂ ਕਨਫਰਮ ਹੋ ਗਈਆਂ ਕਿ 6 ਅਸੈਂਬਲੀਆਂ ਤਾਂ ਹੋਣਗੀਆਂ ਹੀ ਹੋਣਗੀਆਂ ਬਾਈ ਇਲੈਕਸ਼ਨ ਉਹਦੇ ਬਾਅਦ ਆ ਸੰਗਰੂਰ ਜੇ ਪਰਮਿੰਦਰ ਢੀਂਡਸਾ ਜਿੱਤਦਾ ਹੈ ਤੇ ਤਾਦੋ ਗਿਣੀ ਜਾਏਗੀ ਜੇ ਦੂਸਰੇ ਦੋਨਾਂ 'ਚ ਕੋਈ ਲਿਜਾਂਦਾ ਤਾਂ ਫਿਰ ਉਹ ਨਹੀਂ ਹੋਏਗੀ ਉਹਦੇ ਬਾਅਦ ਜੇ ਰਾਜਾ ਬੜਿੰਕ ਜਿੱਤਦਾ ਤਦ ਹੋਏਗੀ ਉੱਧਰੋਂ ਜੇ ਸੁਖਵੀਰ ਸਿੰਘ ਬਾਦਲ ਵਾਲੀ ਜਿਹੜੀ ਸਕੋਪ ਦੇਖਦਾ ਉਹ ਲੜੇਗਾ ਤੇ ਕੁੱਲ ਮਿਲਾ ਕੇ ਆ ਵੀ ਇਹਨਾਂ 6 ਤੋਂ ਬਾਅਦ ਇਹ 7 ਹੁੰਦੀਆਂ ਨੇ ਕਿ 8 ਹੁੰਦੀਆਂ ਨੇ ਕਿ 7 ਤੇ ਹੀ ਗੱਡੀ ਰੁਕਦੀ ਹੈ ਜਾਂ ਇਹਨਾਂ 6 ਤੇ ਰੁਕਦੀ ਹੈ ਹਾਂ ਮਤਲਬ ਇਹ ਆ ਕਿ 6 ਤਾਂ ਕਨਫਰਮ ਨੇ 6 ਤਾਂ ਹੋਣਗੀਆਂ ਤੇ ਜੇ ਉਦਣ ਤੱਕ 2-3 ਹੋਰ ਭੱਜ ਗਏ ਤਾਂ ਫਿਰ ਇਹ ਉਹਨਾਂ ਕੋਲ ਕੰਮ ਜਿਹੜਾ ਹੋਰ ਵੱਧ ਜਾਏਗਾ ਐਕਚੁਅਲੀ ਕੈਪਟਨ ਸਾਹਿਬ ਦੀ ਵੀ ਮਜਬੂਰੀ ਆ ਕਿ ਜਿਹੜਾ ਆਉਂਦਾ ਉਹ ਕਹਿੰਦੇ ਆਉਣ ਦਿਓ ਦੂਸਰੀ ਗੱਲ ਜਿਹੜੇ ਉਹ ਬੈਠੇ ਨੇ ਉਹ ਉੱਥੇ ਬੈਠੇ ਵੀ ਅੱਕ ਗਏ ਉਹਨਾਂ ਨੂੰ ਵੀ ਦੇਖਦਾ ਕਿ ਇੱਥੇ ਸਾਡਾ ਕੋਈ ਫਿਊਚਰ ਜਿਹੜਾ ਉਹ ਇਹ ਭੱਜਣ ਦਾ ਕਾਰਨ ਕਿਤੇ ਭਗਵੰਤ ਦਾ ਮੁੜ ਪ੍ਰਧਾਨ ਬਣਨਾ ਜਾਂ ਹੋਰ ਕਾਰਨ ਹੈ ਕੋਈ ਨਹੀਂ ਉਹਦੇ ਕਈ ਕਾਰਨ ਨੇ ਦੇਖੋ ਪਤਾ ਕੀ ਹੈ ਟਵਾਣਾ ਸਾਹਿਬ ਕੀ ਹੁੰਦਾ ਹੈ ਕਿ ਜਦੋਂ ਘਰ ਦੇ ਵਿੱਚ ਨਾ ਬਾਪ ਜਿਹੜਾ ਹੈ ਉਹ 5-7 ਕਰਤੂਤਾਂ 'ਚ ਪਕੜਿਆ ਜਾਵੇ ਤੇ ਉਹਦੀ ਔਲਾਦ ਜਿਹੜੀ ਉਹ ਸੋਚਦੀ ਹੁੰਦੀ ਆ ਵੀ ਜਾਂ ਤਾਂ ਇੱਥੋਂ ਜ਼ਮੀਨ ਵੇਚ ਦਈਏ ਜਾਂ ਪਿੰਡ ਛੱਡ ਕੇ ਪਾਸੇ ਜਾ ਨੂੰ ਹੋ ਜਾਈਏ ਸਾਡੀ ਥੋੜ੍ਹੀ ਬਹੁਤੀ ਇੱਜ਼ਤ ਬਾਜੂ ਜੋ ਕੁਛ ਹੁਣ ਤੱਕ ਇਹਨਾਂ ਦੀ ਹਾਈ ਕਮਾਂਡ ਨੇ ਇਹਨਾਂ ਨਾਲ 14 ਤੋਂ ਲੈ ਕੇ ਸਮਝੋ 17 ਮਨਾ ਗਿਣੋ 14 ਤੋਂ ਲੈ ਕੇ ਕੀਤਾ ਹੈ ਉਹਦੇ ਬਾਅਦ ਇਹ ਕੁਛ ਜਿਹੜੀ ਗਿਰਾਵਟ ਆਉਣੀ ਸੁਭਾਵਿਕ ਸੀ ਇਹਨਾਂ ਦਾ ਮੋਹ ਭੰਗ ਹੋਣਾ ਸੁਭਾਵਿਕ ਸੀ ਇਸ ਕਰਕੇ ਇਹਨਾਂ ਨੇ ਭੱਜਣਾ ਹੀ ਭੱਜਣਾ ਸੀ ਇਸੇ ਕਰਕੇ ਆ ਭਗਵੰਤ ਮਾਨ ਤਾਂ ਚਲੋ ਆਪਣੀ ਆਪ ਨੂੰ ਸੇਵ ਕੀਤਾ ਪਰ ਭਗਵੰਤ ਮਾਨ ਉਹ ਕਾਹਦਾ ਪ੍ਰਧਾਨ ਆ ਜਿਹੜਾ ਇੱਕ ਜਗ੍ਹਾ 'ਤੇ ਹੀ ਤੁਹਾਡਾ ਬਚਾਅ ਹੋ ਰਿਹਾ 12 'ਤੇ ਤੁਹਾਡੀ ਜ਼ਮਾਨਤ ਜ਼ਬਤ ਹੋ ਰਹੀ ਆ 12 ਸੀਟਾਂ ਟਵਾਣਾ ਸਾਹਿਬ ਅੱਜ ਐਸੀਆਂ ਨੇ ਜਿਨ੍ਹਾਂ 'ਤੇ ਜ਼ਮਾਨਤ ਨਹੀਂ ਬਚਣੀ ਤੇ ਫਿਰ ਇੱਕ ਸੀਟ ਨੂੰ ਤੁਸੀਂ ਕੀ ਕਰੋਗੇ ਮੈਂ ਕਹਿੰਦਾ ਜੇ ਜਿੱਤ ਵੀ ਜਾਓ ਤਾਂ ਤੁਹਾਡੇ ਪੱਲੇ ਕੁਛ ਨਹੀਂ ਹੈ ਗੱਲ ਭਗਵੰਤ ਮਾਨ ਦੇ ਪ੍ਰਧਾਨ ਬਣਨ ਦੀ ਨਹੀਂ ਇਕੱਲੇ ਗੱਲ ਇਹ ਵੀ ਨਹੀਂ ਕਿ ਤੁਸੀਂ ਆਪੋਜੀਸ਼ਨ ਦਾ ਲੀਡਰ ਜਿਹੜਾ ਉਹਨੂੰ ਚੇਂਜ ਕਿੱਦਾਂ ਕੀਤਾ ਠੀਕ ਹੈ ਗੱਲ ਇਹ ਵੀ ਨਹੀਂ ਕਿ ਤੁਸੀਂ ਕੀ ਕੀਤਾ ਗੱਲਾਂ ਸਭ ਤੋਂ ਵੱਡੀਆਂ ਇਹ ਨੇ ਕਿ 14 ਤੋਂ ਲੈ ਕੇ 17 ਤੱਕ ਅਤੇ 17-19 ਤੱਕ ਤੁਸੀਂ ਇੱਕ ਦੇ ਬਾਅਦ ਇੱਕ ਸਟੈਪ ਐਸੇ ਚੱਕਦੇਗਾ ਜਿੱਥੋਂ ਤੁਹਾਡੇ ਤੋਂ ਪਬਲਿਕ ਟੁੱਟੀ ਤੁਹਾਡਾ ਵਰਕਰ ਟੁੱਟਿਆ ਅਤੇ ਉਹਦੇ ਬਾਅਦ ਤੁਹਾਡੇ ਲੀਡਰ ਵੀ ਜਿਹੜੇ ਉਹ ਵੀ ਤੁਹਾਨੂੰ ਛੱਡ ਕੇ ਭੱਜ ਗਏ ਇਸ ਕਰਕੇ ਖਾਲਸਾ ਜੀ ਇਹਨਾਂ ਚੋਣਾਂ ਤੋਂ ਬਾਅਦ ਤੁਸੀਂ ਕੀ ਵੇਖਦੇ ਹੋ ਕਿ PDA ਗੱਠਜੋੜ ਖਹਿਰਾ ਹੋਰਾਂ ਦਾ ਗਾਂਧੀ ਹੋਰਾਂ ਦਾ ਜਾਂ ਆਮ ਆਦਮੀ ਪਾਰਟੀ ਇਹਨਾਂ ਦੀ ਕੀ ਦਸ਼ਾ ਅਤੇ ਦਿਸ਼ਾ ਰਹੇਗੀ
मैनू कुछ भी नहीं लगते जी कि बरगाली मोर्चे ने पंजाब नू खैरा तड़ा दिता। मैं मानना वो अपनी सियासत नू रंगत दे गया, पर उसके कोल भी अपना कोई विजन नहीं है। ठीक है जी, इत्थे जे अपना गांधी साहब की गल करिए, इन्हां कोल भी पंजाब वास्ते अपना कोई विजन नहीं है। अपनी सीट वास्ते वो लगे हुए ने, पर पंजाब वास्ते की हालात रहणगे बीबी खालड़ा दे? ਉੱਥੇ ਹਲੇ ਰਲੀ ਹਲੇ ਤੱਕ ਵੇਵ ਤਾਂ ਹੈਗੀ ਹੈ ਪਰ ਵੋਟਰ ਵੇਵ ਨਹੀਂ। ਹਲੇ ਹਲੇ ਤੱਕ ਰਲੀ ਮਿਲੀ ਗੱਲ ਆ। ਮੈਂ ਸੋਸ਼ਲ ਮੀਡੀਆ 'ਤੇ ਅੱਡ ਦੇਖਦਾ ਅਤੇ ਜਿਸ ਵੇਲੇ ਫੀਲਡ 'ਚ ਜਾ ਕੇ ਦੇਖੀਦਾ ਅਤੇ ਉਹ ਸਿਚੁਏਸ਼ਨ ਬਿਲਕੁਲ ਅੱਡ ਹੈ। ਪਰ ਕਿਉਂਕਿ ਉਹਨਾਂ ਨਾਲ ਹੀ ਕੁਰਬਾਨੀ ਵਾਲਾ ਅਤੇ ਉਹਨਾਂ ਦੇ ਪਤੀ ਦਾ ਜਿਹੜਾ ਕੰਮ ਹੈਗਾ ਉਹ ਜੁੜਿਆ ਹੋਇਆ, ਉਹਦੇ ਨਾਲ ਸਿੱਖਾਂ ਦੇ ਸੈਂਟੀਮੈਂਟ ਜੁੜੇ ਹੋਏ ਨੇ। ਅਤੇ ਇੱਕ ਇਹ ਵੀ ਚੀਜ਼ ਨਜ਼ਰ ਆਉਂਦੀ ਹੈ ਕਿ ਜਿਵੇਂ 1999 ਦੀਆਂ ਇਲੈਕਸ਼ਨਾਂ ਵਿੱਚ ਸਾਡੇ ਨਾਲ ਪਰਮਾਤਮਾ ਦੀ ਬਖਸ਼ਿਸ਼ ਨਾਲ ਸਾਰਾ ਵੋਟਰ ਜੁੜ ਗਿਆ ਸੀ, ਹੋ ਸਕਦਾ ਆਖਰੀ ਟਾਈਮ 'ਤੇ ਉਹਨਾਂ ਨਾਲ ਵੀ ਜੁੜ ਜਾਏ ਜੀ। ਇੱਕ ਵੇਵ ਬਣਨ ਵਾਲੀ ਗੱਲ ਹੁੰਦੀ ਹੈ, ਪਰ ਫਿਲਹਾਲ ਤੱਕ ਉਹ ਵੇਵ ਮੈਨੂੰ ਉੱਥੇ ਨਜ਼ਰ ਨਹੀਂ ਆਈ। ਆਪ ਦਾ ਕੀ ਫਿਊਚਰ ਰਹੇਗਾ? ਆਪ ਦਾ ਤਾਂ ਕੋਈ ਫਿਊਚਰ ਨਹੀਂ ਹੈਗਾ ਜੀ ਪੰਜਾਬ ਵਿੱਚ। ਇਸ ਤੋਂ ਬਾਅਦ ਖਤਮ ਟੋਟਲ ਉਹਨਾਂ ਦੇ ਹੱਥ 'ਚ ਬਸ ਝਾੜੂ ਹੀ ਰਹਿ ਜਾਣਾ, ਹੋਰ ਕੁਛ ਨਹੀਂ ਹੈਗਾ ਉਹਨਾਂ ਦੇ ਕੋਲ ਜੀ। ਜੀ ਇੱਕ ਸੁਰਿੰਦਰ ਸਿੰਘ ਜੀ, ਪਿਛਲੇ ਦਿਨੀ ਜਲੰਧਰ ਦੇ ਵਿੱਚ ਕਪਤਾਨ ਸਾਹਿਬ ਨੇ ਮੁੜ ਬਿਆਨ ਦਿੱਤਾ ਕਿ ਇਹੀ ਅਫਸਰ ਜਿਹੜਾ ਅਕਾਲੀਆਂ ਨੇ ਹਟਵਾ ਦਿੱਤਾ, ਉਹੀ ਅਫਸਰ ਜਿਹੜਾ ਅਕਾਲੀਆਂ ਨੂੰ ਗ੍ਰਿਫਤਾਰ ਕਰਕੇ ਲਿਆਊ SID ਵਾਲਾ ਕੁੰਵਰ ਵਿਜੇ ਪ੍ਰਤਾਪ, ਇਹ ਮਤਲਬ ਦੁਬਾਰਾ ਭਰੋਸਾ ਦੇਣ ਵਾਲੀ ਗੱਲ ਹੈ ਜਾਂ ਕਾਠ ਦੀ ਹਾਂਡੀ ਕਪਤਾਨ ਸਾਹਿਬ ਬਰਗਾੜੀ ਦੀ ਬਿਨਾਂ 'ਤੇ ਦੁਬਾਰਾ ਚੜ੍ਹਾ ਰਹੇ ਨੇ? ਟਵਾਣਾ ਸਾਹਿਬ, ਸਭ ਤੋਂ ਵੱਡੀ ਗੱਲ ਤਾਂ ਇਹ ਸੀ ਜਦੋਂ 2015 ਦਾ 1 ਜੂਨ ਦਾ ਇੰਸੀਡੈਂਟ ਸੀ, 1 ਜੂਨ ਤੋਂ ਲਟਕਦਾ ਉਹ ਜਦੋਂ 14 ਅਕਤੂਬਰ ਤੱਕ ਚਲਾ ਗਿਆ ਤਾਂ ਉਹ ਸਰਕਾਰ ਨੂੰ ਉਹਨੇ ਏਡੇ ਕੋ ਕਟਹਿਰੇ 'ਚ ਖੜਾ ਕਰ ਦਿੱਤਾ ਕਿ ਉਹਦੇ ਦੁਆਰਾ ਪੈਰ ਨਹੀਂ ਲੱਗੇ। ਉਹਦੇ ਬਾਅਦ ਕੈਪਟਨ ਸਾਹਿਬ ਫਰੰਟ 'ਤੇ ਆਏ, ਕੈਪਟਨ ਸਾਹਿਬ ਨੇ ਕੁਛ ਵਾਅਦੇ ਕੀਤੇ, ਕੁਛ ਲੋਕਾਂ ਨੇ ਵੀ ਸੋਚਿਆ, ਉਹਦਾ ਕਰਕੇ ਕੈਪਟਨ ਸਾਹਿਬ ਆ ਗਏ। ਕੈਪਟਨ ਸਾਹਿਬ ਨੇ ਠੀਕ ਆ, ਉਹਨਾਂ ਨੇ ਕਮਿਸ਼ਨ ਬਣਾਤਾ, ਕਮਿਸ਼ਨ ਦੀ ਰਿਪੋਰਟ ਆਈ ਸੀ, ਚਾਹੀਦਾ ਤਾਂ ਜਿਹੜਾ ਐਕਸ਼ਨ ਸੀ ਜਦੋਂ ਵਿਧਾਨ ਸਭਾ ਸੀ, ਵਿਧਾਨ ਸਭਾ ਇੱਕ ਅਥਾਰਟੀ ਆ, ਕੈਪਟਨ ਸਾਹਿਬ ਨੂੰ ਇਹ ਪਤਾ ਹੋਣਾ ਚਾਹੀਦਾ ਸੀ, ਹਾਊਸ ਦੇ ਲੀਡਰ ਆ। ਜਦੋਂ ਕੈਪਟਨ ਸਾਹਿਬ ਨੇ ਐਂਡ ਦੇ ਉੱਤੇ ਹਾਊਸ ਦੇ ਲੀਡਰ ਦੇ ਤੌਰ 'ਤੇ ਸਦਨ ਨੂੰ ਸੰਬੋਧਨ ਕਰਨਾ ਸੀ ਤਾਂ ਮੈਂ ਆਸ ਰੱਖ ਕੇ ਇਹ ਬੈਠਾ ਸੀ ਕਿ ਕੈਪਟਨ ਸਾਹਿਬ ਸੰਬੋਧਨ ਕਰਨਗੇ, ਉਸ ਤੋਂ ਪਹਿਲਾਂ ਜਿੰਨਿਆਂ ਨੂੰ ਹੱਥ ਪਾਉਣਾ ਸਿੱਟ ਨੇ ਉਹਨਾਂ ਨੂੰ ਹੱਥ ਪਾਇਆ ਹੋਏਗਾ। ਐਕਸ਼ਨ ਟੇਕਿੰਗ ਰਿਪੋਰਟ ਜਿਹੜੀ ਸੀਗੀ, ਮਤਲਬ ਜੇ ਕਹਾਂ ਤਾਂ ਐਕਸ਼ਨ ਟੇਕਿੰਗ ਰਿਪੋਰਟ ਪੜ੍ਹਨੀ ਸੀ ਉੱਥੇ ਆ ਕੇ, ਲੇਕਿਨ ਕੈਪਟਨ ਸਾਹਿਬ ਨੇ ਉੱਥੇ ਵੀ ਸਿੱਟ ਦੀ ਨਵੀਂ ਸਿੱਟ ਬਣਾ ਦਿੱਤੀ ਤੇ ਸਿੱਟ ਨੇ ਵੀ ਮਹੀਨਾ ਦਾ ਟਾਈਮ ਦਿੱਤਾ। ਤਿੰਨ ਤਾਂ ਦਿੱਤਾ ਹੀ ਨਹੀਂ ਜੀ, ਉਹਨਾਂ ਨੇ ਓਪਨ ਰੱਖ ਦਿੱਤਾ, ਤਿੰਨ ਤਾਂ ਵੈਸੇ ਕਹੀ ਜਾਂਦੇ, ਮਹੀਨਾ ਤਾਂ ਸਿੱਟ ਹੀ ਨਹੀਂ ਸੀ ਤਿਆਰ ਹੋਈ। ਜਿੱਦਾਂ ਦਾ ਸਿੱਟ ਨੇ ਕੰਮ ਕੀਤਾ, ਲੋਕ ਲੱਖ ਕਹੀ ਜਾਣ, ਮੈਂ ਅਜੇ ਵੀ ਕਹਿੰਦਾ ਸਿੱਖ ਉਹਦੇ ਤੋਂ ਸੰਤੁਸ਼ਟ ਨਹੀਂ ਸੀ। ਜੇ ਕਿਤੇ ਹੱਥ ਪੈ ਜਾਂਦਾ ਮੇਨ ਬੰਦਿਆਂ ਨੂੰ ਪਹਿਲੇ ਦਿਨ ਹੀ, ਜਿੱਦਣ ਵਿਧਾਨ ਸਭਾ 'ਚ ਇਹ ਰਿਪੋਰਟ ਪੇਸ਼ ਕੀਤੀ ਆ, ਇੱਕ ਬੰਨੇ ਉਹਦੀ ਸਿੱਟ ਜਿਹੜੀ ਉਹ ਤਿਆਰ ਕੀਤੀ ਹੁੰਦੀ, ਸਿੱਟ ਨੂੰ ਹਦਾਇਤਾਂ ਕੀਤੀਆਂ ਹੁੰਦੀਆਂ ਕਿ ਅਸੀਂ ਜਦੋਂ ਅੰਦਰੋਂ ਐਲਾਨ ਕਰਾਂਗੇ ਉਸ ਤੋਂ ਪਹਿਲਾਂ ਤੁਹਾਡਾ ਇੰਨਾ ਇੰਨਾ, ਇਹ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਹੱਥ ਪਿਆ ਚਾਹੀਦਾ। ਜੇ ਉਹ ਹੱਥ ਪਿਆ ਹੁੰਦਾ ਤਾਂ ਕੈਪਟਨ ਸਾਹਿਬ ਹੀਰੋ ਸੀ। ਅੱਜ ਦੀ ਹਾਲਾਤ ਕੀ ਆ, ਮੀਡੀਆ 'ਚ ਸ਼ਾਇਦ 1-2 ਦਿਨ ਨੂੰ ਇਹ ਵੀ ਚਰਚਾ ਹੋ ਜਾਵੇ ਕਿ ਨਵਜੋਤ ਸਿੰਘ ਸਿੱਧੂ ਵਰਗਾ 160 ਰੈਲੀਆਂ ਕਰ ਰਿਹਾ, ਕੈਪਟਨ ਸਾਹਿਬ ਨੇ ਅਜੇ ਤੱਕ ਸਿਰਫ 3 ਰੈਲੀਆਂ ਕੀਤੀਆਂ ਨੇ ਕੱਲ੍ਹ ਤੱਕ, ਅੱਜ ਪਤਾ ਨਹੀਂ ਹੋਰ ਕੀਤੀ ਹੋਵੇ, ਸਿਰਫ 1 ਰੈਲੀ ਕਰਕੇ ਆਏ 2 ਹਲਕਿਆਂ ਨੂੰ, ਦੇਖੋ ਹੁਸ਼ਿਆਰਪੁਰ ਨੂੰ ਤੇ ਜਲੰਧਰ ਨੂੰ, ਕੇਵਲ ਕਰਤਾਰਪੁਰ 'ਚ 1 ਕੀਤੀ ਆ। ਏਦਾਂ ਤੇ ਲੱਗਦਾ 12-13 ਹਲਕਿਆਂ 'ਚ ਹੋਣੀ, ਮੈਂ ਦੱਸਿਆ ਬੰਗੇ 'ਚ 1 ਕਰ ਦਿੱਤੀ, ਖੜਕੜ ਕਲਾਂ 1 ਕਰ ਆਏ ਆ, ਅੰਮ੍ਰਿਤਸਰ ਤੇ ਖਡੂਰ ਸਾਹਿਬ ਦੋਵਾਂ ਦੀ ਸਾਂਝੀ ਜੰਡਿਆਲੇ ਕਰਕੇ ਆ ਗਏ ਆ। ਕੀ ਮੈਸੇਜ ਦੇਣਾ ਚਾਹ ਰਹੇ ਹੋ? ਤੁਹਾਨੂੰ ਨਹੀਂ ਪਤਾ ਕਿ ਇਲੈਕਸ਼ਨ ਸਿਰ 'ਤੇ ਆ, ਜਾਂ ਤੁਸੀਂ ਇਹ ਸੋਚੋ ਕਿ ਤੁਸੀਂ ਫਰੈਂਡਲੀ ਮੈਚ ਖੇਡ ਰਹੇ ਹੋ। ਜੇ ਤੁਸੀਂ ਕਹਿੰਦੇ 13 ਮਿਸ਼ਨ, 13 ਮਿਸ਼ਨ ਦਿਖਾਈ ਨਹੀਂ ਦੇ ਰਹੇ ਟਵਾਣਾ ਸਾਹਿਬ, 13 ਮੈਨੂੰ ਲੱਗਦਾ ਫਲੋਪ ਹੋ ਜਾਏ, 8 ਤੇ ਵੀ ਰਹਿ ਜੇ ਕਾਂਗਰਸ ਤਾਂ 8-8 ਸਮਝੋ, ਨਹੀਂ 8-8 ਨਹੀਂ, ਉਹਦੇ 'ਚ ਵੀ ਨੁਕਸਾਨ ਹੋਏਗਾ। ਮੈਂ ਵਾਰ ਵਾਰ ਕਹਿੰਦਾ ਸੀ ਜੇ ਅਕਾਲੀ ਦਲ 1 ਹੀ ਸੀਟ ਜਿੱਤਦਾ ਇਕੱਲੀ ਫਿਰੋਜ਼ਪੁਰ, ਤਾਂ ਉਹ ਵੀ ਕਾਂਗਰਸ ਦੇ ਲਈ ਬੜੀ ਤਕੜਾ ਧੱਕਾ ਹੋਏਗਾ ਵੀ ਭਾਈ ਉਹ ਲਓ ਤੁਹਾਡੇ ਸਿਰ 'ਤੇ ਬੈਠਾ। ਔਰ ਸਭ ਤੋਂ ਵੱਡੀ ਲੀਡ ਜੋ ਅੱਜ ਦੀ ਹਾਲਾਤ ਦੇਖਦੀ ਆ ਉਹ ਕੇਵਲ ਅਤੇ ਕੇਵਲ ਫਿਰੋਜ਼ਪੁਰ, ਬਠਿੰਡਾ ਵੀ ਕਾਫੀ ਪੋਜ਼ਿਟਿਵ ਜਾ ਰਿਹਾ। ਜੇ ਹਾਲਾਤਾਂ ਬਣ ਗਈਆਂ ਤਾਂ ਕਾਂਗਰਸ ਨੂੰ
ਦੁਬਾਰਾ ਪਾਵਰ 'ਚ ਆਉਣਾ ਬਾਈ 'ਚ ਬੜਾ ਔਖਾ ਹੋ ਜਾਣਾ, ਇਹ ਵਨ ਸਾਈਡਡ ਸਾਰਾ ਕੁਛ। ਐਕਚੁਅਲ ਟਿਵਾਣਾ ਸਾਹਿਬ, ਮੈਂ ਸੰਖੇਪ ਜਿਹੀ ਗੱਲ ਕਹਿਣਾ ਚਾਹੁੰਦਾ ਕਿ ਮੈਨੂੰ ਜਿਹੜੀ ਪੰਜਾਬ ਦੀ ਸਾਰੀ ਸਿਆਸਤ ਦਿਖ ਰਹੀ ਹੈ ਜੀ, ਚਾਹੇ ਉਹ ਪੰਥਕ ਧਿਰਾਂ ਨੇ, ਚਾਹੇ ਆਪ ਹੈ, ਚਾਹੇ ਕਾਂਗਰਸ ਹੈ, ਇਹਨਾਂ ਸਾਰਿਆਂ ਨੇ ਰਲ ਮਿਲ ਕੇ ਅੰਦਰ ਖਾਤੇ ਕੀ ਖਿਚੜੀ ਪੱਕੀ ਆ ਉਹ ਮੈਨੂੰ ਨਹੀਂ ਪਤਾ, ਪਰ ਓਪਨਲੀ ਔਰ ਸਾਹਮਣੇ ਜੋ ਆ ਰਿਹਾ ਉਹ ਇਹੀ ਆ ਰਿਹਾ ਕਿ ਮੁੜ ਪ੍ਰਕਾਸ਼ ਸਿੰਘ ਬਾਦਲ ਦਾ ਧੜਾ ਪੰਜਾਬ ਵਿੱਚ ਜਿੰਦਾ ਕਰ ਰਹੇ ਨੇ ਤੇ ਕਾਇਮ ਹੋ ਗਿਆ। ਤੇ ਦੂਸਰੀ ਗੱਲ ਹੈ ਹੁਣ ਉਸ ਨੂੰ ਪੰਜਾਬ ਵਿਧਾਨ ਸਭਾ ਵਿੱਚ ਓਪੋਜੀਸ਼ਨ ਲੀਡਰ ਮਿਲ ਗਿਆ, ਬਣਾਉਣਾ ਬਸ ਮਿਲ ਗਿਆ, ਤੇ ਆਪ ਵਾਲੇ ਭੱਜ ਗਏ ਨੇ। ਆਖਰੀ 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 ਨੁਕਤਾ ਆਈ ਜੇ ਇਹਨਾਂ ਇਲੈਕਸ਼ਨਾਂ ਦਾ ਨਿਚੋੜ ਆਈ ਹੈ ਜੀ ਕਿ ਪੰਥ ਹਾਰ ਗਿਆ, ਪੰਥ ਦੋਖੀ ਜਿਤਾ ਦਿੱਤੇ ਜੀ। ਡੈਮੇਜ ਕੰਟਰੋਲ ਉਹ ਆਰਾਮ ਨਾਲ ਕਰ ਗਏ ਨੇ, ਸੋ ਧਿਰਾਂ ਚਾਹੇ ਕੋਈ ਵੀ ਨੇ ਉਹਨਾਂ ਨੂੰ ਡੈਮੇਜ ਕੰਟਰੋਲ 'ਚ ਸਾਈ ਹੋਣ ਵਾਲੀਆਂ। ਸੋ ਸਤਿ ਸ਼੍ਰੀ ਅੰਦਰਪਾਲ ਸਿੰਘ ਜੀ, ਅਦਿੰਦਰਪਾਲ ਸਿੰਘ ਖਾਲਸਾ ਜੀ, ਆਪ ਜੀ ਦਾ ਬਹੁਤ ਬਹੁਤ ਧੰਨਵਾਦ। ਇਸ ਦੇ ਨਾਲ ਹੀ ਮੈਂ ਪਰਮਿੰਦਰ ਸਿੰਘ ਟਿਵਾਣਾ ਅਕਾਲ ਚੈਨਲ ਦੇ ਪ੍ਰੋਗਰਾਮ ਸੱਚ ਦਾ ਸਾਹਮਣਾ ਦੇ ਸਤਿਕਾਰ ਦਰਸ਼ਕਾਂ ਤੋਂ ਇੱਥੇ ਹੀ ਆ ਗਿਆ ਚਾਹਾਂਗਾ। ਧੰਨਵਾਦ, ਸਤਿ ਸ਼੍ਰੀ ਅਕਾਲ।